ਨਿਦਮਲ ਨਿਮਾਲਿੰਗਾ ਦੀ ਪੁਸਤਕ ਹਿੰਦ-ਪਾਕ ਬਾਰਡਰ ਨਾਮਾਂ ਦਾ ਚੌਥਾ ਅੰਗ ਪਿੰਡ ਫੁੰਬਲੀ ਦਾ ਤਾਰਾ ਸਿੰਘ ਅਸਲੀ ਨਾਂ ਨਹੀਂ ਕਰਦਾ ਸੀ ਬਲੈਕ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਸਿੱਧ ਬਲੈਕਾ ਠਾਕਰ ਸਿੰਘ ਸ਼ੱਕਰੀ ਨਾਲ ਰਲ ਕੇ ਤਾਰੇ ਨਾਲ ਮੇਰੀ ਮੁਲਾਕਾਤ ਕਰਵਾਈ ਗਫੂਰ ਨੇ ਉਹ ਬੜੇ ਵਿਛਤਰ ਸੁਭਾ ਦਾ ਬੰਦਾ ਸੀ ਜਦੋਂ ਵੀ ਆਉਂਦਾ ਜਦੋਂ ਵੀ ਲੌਂਦਾ ਫੇਰਾ 2-3 ਲੱਖ ਤੋਂ ਘੱਟ ਨਾ ਹੁੰਦਾ ਤਾਰਾ ਸਿੰਘ ਸੀ ਵੱਖਰੇ ਅੰਦਾਜ਼ ਦਾ ਬੜਾ ਗੁੱਸੇ ਖੋਰਾ ਆਪ ਖੁਦਰਾਤੇ ਕਾਲਾ ਬਲੈਕ ਤੋਂ ਨੇ ਵੀ ਇੱਕ ਏਕੜ ਨੇਰੀ ਜ਼ਮੀਨ ਖਰੀਦੀ ਦੋ ਟਰੱਕ ਬਣਾਏ ਮੈਸ਼ੀ ਟਰੈਕਟਰ ਲਿਆ ਖੇਤੀ ਕਰਨ ਨੂੰ ਉਹਦੇਰੇ ਦੌਲਤ ਹੋਣ ਕਰਕੇ ਹੋ ਗਿਆ ਉਹ ਕੁਮੰਡੀ ਅਭਿਮਾਨੀ ਲਾਲਚੀ ਆ ਗਿਆ ਹੰਕਾਰ ਚ ਚਾਉਣ ਲੱਗਾ ਮੇਰਾ ਹੀ ਰਾਜ ਹੋਵੇ ਸਾਰੇ ਪਿੰਡ ਤੇ ਸ਼ਰੀਕਾਂ ਨਾਲ ਪਹਿਲਾਂ ਵੀ ਚੱਲ ਰਿਹਾ ਹੁੰਦਾ ਜ਼ਮੀਨ ਦਾ ਝਗੜਾ ਤਾਰਾ ਪੀ ਕੇ ਨਿਤ ਸ਼ਾਮੀ ਸ਼ਰਾਬ ਗਾਲਾਂ ਕੱਢਦਾ ਮੰਦਾ ਬੋਲਦਾ ਖੰਘੂਰੇ ਮਾਰ ਮਾਰ ਜਿੱਚ ਕਰਦਾ ਸਰਪੰਚੀ ਦੀਆਂ ਵੋਟਾਂ ਆ ਗਈਆਂ ਤਾਰਾ ਚਾਵੇ ਸਰਪੰਚ ਬਣਨਾ ਸ਼ਰੀਕ ਹਿੱਕਾਂ ਤਣ ਕੇ ਆਖ ਲੋਤੇ ਸਾਹਮਣੇ ਤੇ ਫਿਰ ਨਿਤ ਹੋਣ ਲੱਗਾ ਖੜਕਾ ਤੜਕਾ ਨਿੱਕੀਆਂ ਨਿੱਕੀਆਂ ਛੇੜਾਂ ਲੱਗੀਆਂ ਫੁਐਲਣ ਇੱਕ ਦਿਨ ਤੜਕੇ ਲੱਗਿਆ ਤਾਰੇ ਦਾ ਦਾ ਦੋ ਸ਼ਰੀਕ ਥਾਂ ਕਤਲ ਕਰ ਦਿੱਤੇ ਨਹਿਰ ਦਾ ਪਾਣੀ ਲਾਉਂਦੇ ਤਾਰੇ ਨੂੰ 20 ਸਾਲ ਕੈਦ ਹੋ ਗਈ ਹਾਈ ਕੋਰਟ ਨੇ 10 ਸਾਲ ਕਰਤੀ ਡੇਲ ਤੋਂ ਆ ਕੇ ਉਹਨੇ ਕਰ ਦਿੱਤਾ ਸ਼ੁਰੂ ਫੇਰ ਬਲੈਕ ਦਾ ਧੰਦਾ ਅੰਦਰ ਰਹਿਣ ਕਰਕੇ ਘਰ ਦੀ ਆਰਥਿਕ ਹਾਲਤ ਹੋ ਗਈ ਹੋਈ ਕਾਫੀ ਕਮਜ਼ੋਰ ਸਾਲ ਡੇਢ ਸਾਲ ਉਸ ਚੰਗੇ ਚੱਕਰ ਮਾਰੇ ਪਾਰਦੇ ਕਰਕੇ ਵਾਦੇ ਘਾਟੇ ਪੂਰੇ ਉਹਨੇ ਪਾਰ ਜਾਣਾ ਬਿਲਕੁਕੁਲ ਹੀ ਛੱਡਤਾ ਸਾਰਾ ਧਿਆਨ ਖੇਤੀ ਚ ਲਾ ਲਿਆ ਬਲੈਕਰਾਂ ਨਾਲ ਉਹ ਕਾ ਰابطਾ ਤੋੜ ਲਿਆ ਇਹਨਾਂ ਦਿਨਾਂ ਚ ਸਾਡਾ ਬੜਾ ਮੇਲਜੋਲ ਰਿਹਾ ਬਣ ਕੇ ਗੂੜੇ ਦੋਸਤ ਇੱਕ ਵਾਰ ਮਿਲਾਇਆ ਸਾਂ ਸੀਮਾ ਨੂੰ ਪਾਰ ਜਾ ਕੇ जान ਲਈ 1000 नकद ਦਿੱਤਾ ਸੀ ਪਟਕਾਣੇ ਵਾਲੇ ਬਾਵੇ ਨੂੰ ਉਸ ਪੁੱਛਿਆ ਮਾਲਕੀ ਖਾਣਾ ਮੈਂ ਝੂਠ ਬੋਲਿਆ ਕਿ ਅੱਟ ਕਰਨ ਜਾਣਾ ਉਹ ਮੰਨ ਗਿਆ ਇਸ ਵਾਰ ਮੈਂ ਪੂਰਾ ਯਤਨ ਕੀਤਾ ਬਾਰਡਰ ਦੇ ਜਿਓਗ੍ਰਾਫੀ ਨੂੰ ਜਾਣਨ ਦਾ ਖਿਆਲ ਰੱਖਿਆ ਨਿੱਕੀ ਨਿੱਕੀ ਗੱਲ ਦਾ ਬੜਾ ਸੁਚੇਤ ਹੋ ਕੇ ਤੁਸੀਂ ਨੇੜੇ ਦੇ ਪਿੰਡ ਬੰਬੀਆਂ ਤੋਂ ਅੱਗੇ ਦਰਿਆ ਤੱਕ ਦੇ ਰਾਹਾਂ ਨੂੰ ਚੰਗੀ ਤਰ੍ਹਾਂ ਤਾੜਿਆ ਵੱਖ-ਵੱਖ ਪਿਕਟਾਂ ਦੀ ਦਿਸ਼ਾ ਤੇ ਦੂਰੀ ਨੂੰ ਜਾਚਿਆ ਪੜਤਾਲਿਆ ਇਹ ਨੁਕਤੇ ਕੰਮ ਆਉਣੇ ਸਨ ਭਵਿਕਤ ਚ ਮੇਰੀ ਆਪਣੀ ਮੁਹੱਬਤ ਨੂੰ ਪਾਲਣ ਲਈ ਘਰ ਚ ਭਾਰੀ ਰੌਣਕ ਸੀ ਪਰੌਣਿਆਂ ਦੀ ਲੰਡੀ ਆਪਣੀ ਮੁਹੱਬਤ ਨੂੰ ਪਾਲਣ ਲਈ ਘਰ ਚ ਭਾਰੀ ਰੌਣਕ ਸੀ ਪਰੌਣਿਆਂ ਦੀ ਲੰਡੀ ਕੋਤਲ ਤੋਂ ਆਏ ਹੋਏ ਸਨ ਖਾਨ ਦੇ ਚਾਚੇ ਤਾਏ ਤੇ ਉਹਨਾਂ ਦੇ ਪਰਿਵਾਰ ਉਹਨੇ 3 ਦਿਨ ਰਖਿਆ ਸੀ ਦੂਜੀ ਮੰਜ਼ਿਲ ਤੇ ਮਹਿਮਾਨਾਂ ਤੋਂ ਅਲੱਗ ਥਲੱਗ ਸੀਮਾ ਦਾ ਬੇਕਾਬੂ ਜਜ਼ਬਾ ਸਬੀਲਾ ਬਹਾਨੇ ਘੜ ਕੇ ਮੌਕਾ ਪੈਦਾ ਕਰ ਹੀ ਲੈਂਦਾ ਮਿਲਣ ਦਾ ਬੜੀ ਸੇਵਾ ਕਰਦੀ ਰਹੀ ਮੇਰੇ ਤੇ ਜਦੋਂ ਦੀ ਦਾ ਲੱਗਦਾ ਕੋਲਾ ਬੈਠਦੀ ਉਹ ਸਾਕਿਆ ਸੀ ਨਰਮਲ ਜਿੰਨੀ ਕੁ ਮੈਂ ਸਟੱਡੀ ਕੀਤੀ ਮਨੁੱਖੀ ਰਿਸ਼ਤਿਆਂ ਦੀ ਇਨਸਾਨ ਦੀ ਫਿਤਰਤ ਦੀ ਮੈਨੂੰ ਇਹੋ ਸਮਝ ਆਈਏ ਕੋਈ ਮੰਨੇ ਨਾ ਮੰਨੇ ਜ਼ਿੰਦਗੀ ਆਧਾਰਤ ਹੈ ਜਿਸਮਾਨੀ ਰਿਸ਼ਤਿਆਂ ਤੇ ਉੱਥੇ ਹੀ ਰਸੂਲ ਅੱਲ੍ਹਾ ਤੇ ਨੇਚਰ ਦਾ ਅਨੁਮਾਨ ਵੀ ਲੱਗਦਾ ਹੈ ਮੇਰਾ ਈਮਾਨ ਮੇਰਾ ਫਰਜ਼ ਆਖਦਾ ਹੈ ਸਾਰੀ ਕੁਰਬਾਨ ਹੋ ਜਾਂ ਤੇਰੇ ਤੋਂ ਉਹਦੀ ਪਪੀਸੀਆਂ ਵਰਗੇ ਬੁੱਲਾਂ ਤੇ ਕੰਬਾ ਸੀ ਬਿਜਲੀ ਦੀਆਂ ਤਾਰਾਂ ਵਾਂਗ ਅਗਲੇ ਦਿਨ ਰਾਤ ਨੂੰ ਕਹਿੰਦੀ ਮਾਫ ਕਰੀ ਨਿਰਮਲ ਇਹ ਸੱਚ ਹੈ ਇੱਕ ਵਾਰ ਜਿਸ ਇਨਸਾਨ ਅੰਦਰ ਮੱਚ ਪੈਂਦੀ ਹੈ ਪਿਆਰ ਦੀ ਚਿੰਗ ਉਹ ਸਾਰੀ ਹਿਆਤੀ ਨਹੀਂ ਲੈ ਸਕਦਾ ਸਕੂਨ ਤੇਰੇ ਵੱਲ ਖਿੱਚੇ ਜਾਣ ਦਾ ਕੋਈ ਠੋਸ ਕਾਰਨ ਨਹੀਂ ਹੌਲੀ-ਹੌਲੀ ਸਮਝ ਆਏਗਾ ਮੇਰੀ ਆਪਣੀ ਗਵਾਚੀ mohabbat ਦਾ ਸੂਰਜ ਤੇਰੇ ਚਿਹਰੇ ਤੇ ਚਮਕਦਾ ਵੇਖਿਆ ਮੇਰੀਆਂ ਅੱਖਾਂ 'ਚ ਹੰਝ ਆ ਗਈਆਂ ਮੁਹੱਬਤਾਂ ਕਦੇ ਕਬਜ਼ੇ ਨਾਲ ਨਹੀਂ ਜਿੱਤੀਆਂ ਜਾਂਦੀਆਂ ਤੇ ਨਾ ਸੁਆਹ ਕੀਤੀਆਂ ਜਾ ਸਕਦੀਆਂ ਪੱਠ ਚ ਪਾ ਕੇ ਅੱਲਾਹ ਤਾਲਾ ਜੀ ਤੇ ਬਖਸ਼ਿਸ਼ਾਂ ਕਰਦਾ ਹੈ ਪਿਆਰ ਦੀਆਂ ਉਹਦੇ ਇਮਤਿਹਾਨ ਵੀ ਲੈਂਦਾ ਹੈ ਪੈਰ ਪੈਰ ਤੇ ਹੌਣੀ ਦਾ ਮੁਕਾਬਲਾ ਤਾਂ ਕੀਤਾ ਜਾ ਸਕਦਾ ਹੈ ਪਰ ਟਾਲਿਆ ਨਹੀਂ ਜਾ ਸਕਦਾ ਅੱਖਾਂ ਮੀਟ ਕੇ ਨਿਮੇ ਮੈਨੂੰ ਵਾਦਾ ਦੇ ਤੂੰ ਕਦੇ ਧੋਖਾ ਨਹੀਂ ਕਰੇਂਗਾ ਮੇਰੇ ਨਾਲ ਉਹ ਸਾਰੀ ਦੀ ਸਾਰੀ ਸੁਆਲੀਆਂ ਨਿਸ਼ਾਨ ਬਣੀ ਸੀ ਸਿਮਾ ਜਿਉਂਦਾ ਨਿਮਾ ਤੈਨੂੰ ਕਦੇ ਧੋਖਾ ਨਹੀਂ ਦੇਵੇਗਾ ਮੇਰੇ ਦਿਲ ਨੇ ਹਮੇਂ ਭਰੀ ਆਖਰੀ ਰਾਤ ਆਈ ਪਲ ਦੀ ਪਲ ਪਹਿਲੀ ਵਾਰ ਨਿਸ਼ੰਗ ਹੋ ਕੇ ਪਾਲੀ ਗਲਵਕੜੀ ਮੇਰੇ ਦਿਲ ਚ ਪੋਚਾਲ ਆ ਗਿਆ ਸੀਨਾ ਧੜ ਗਿਆ ਵਜੂਦ ਕੰਬਿਆ ਫਿਰ ਕੋਲ ਬੈਠ ਕੇ ਬੋਲੀ ਨਿਰਮਲ ਤੂੰ ਲੇਖਕ ਹੈਂ ਮੈਂ ਥੋ ਸਿਆਣਾ ਵੀ ਐ ਤਜਰਬੇਕਾਰ ਵੀ ਐਸਾ ਵਾਦਾ ਨਾ ਕਰੀ ਮੇਰੇ ਨਾਲ ਜੋ ਤੂੰ ਵਫਾ ਨਾ ਕਰ ਸਕੇ ਮੈਂ ਪਹਿਲੇ ਹੀ ਰੋਲੀ ਹੋਈਆਂ ਹਾਲਤ ਦੀ ਜਿੱਥੇ ਗਮ ਨਹੀਂ ਉਹ ਵੀ ਕੋਈ ਜ਼ਿੰਦਗੀ ਹੈ ਤੇ ਉਡੀਕ ਦਾ ਨਾ ਹੀ ਜ਼ਿੰਦਗੀ ਇੰਤਜ਼ਾਰ ਨਾਲ ਸੁੱਕ ਜਾਂਦਾ ਹੈ ਖੂਨ ਦਾ ਟਿਪਾ ਟਿਪਾ ਪਿਆਰ ਚ ਨੀਲੇ ਬੰਦੇ ਹੋ ਜਾਂਦੇ ਨੇ پاگل ਸੁਦਾਈ ਦਿਲ ਦੀਆਂ ਸਾਂਝਾਂ ਕਦੇ ਪੈਸੇ ਨਾਲ ਨਹੀਂ ਹੁੰਦੀਆਂ ਮੈਂ ਬਰਦਾਸ਼ਤ ਨਹੀਂ ਕਰਾਂਗੀ ਮੇਰਾ ਨਿੰਮਾ ਬਲੈਕ ਕਰੇ ਤਸਕਰ ਹੈਗੇ ਨਹੀਂ ਮੈਂ ਸਦਾ ਤੇਰੀ ਡਿਕ ਕਰਾਂਗੀ ਉਹਦੇ ਸਾਹ ਤੇਜ਼ ਹੋ ਗਏ ਸਨ ਮੈਂ ਚੁੱਪ ਚਾਪ ਸੁਣਦਾ ਰਿਹਾ ਸਾਂ ਉਹਦੇ ਪੱਥਰ ਵਰਗੇ ਠੋਸ ਇਰਾਦਿਆਂ ਵਿੱਚੋਂ ਮੈਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਜ਼ਰ ਨਾ ਆਈ ਭਵਿਕ ਦੀ ਮਾਰੂ ਜੁਦਾਈ ਦੀ ਅੱਗ ਬਾਰੇ ਉਹ ਜਾਣਦੀ ਸੀ ਬੇਖਬਰ ਮੈਂ ਵੀ ਨਹੀਂ ਸੀ ਦੋਵਾਂ ਦੇ ਵਜੂਦ ਟੜਕ ਰਹੇ ਸੀ ਦਿਲ ਵਾਂਗ ਫਿਰ ਆਖਰੀ ਦਿਨ ਤੜਕੇ ਆਈ ਨਾਈਟ ਸੂਟ ਪਾਇਆ ਦਾ ਸੁੰਦਰਤਾ ਦਾ ਕਹਿਰ ਸੀ ਮੈਂ ਤਿਆਰ ਹੋ ਰਹੀ ਆ ਸੀ ਆਉਣ ਲਈ ਉਦਾਸ ਜੀ ਮੇਰੇ ਕੋਲ ਬੈਠ ਗਈ ਦੋਵੇਂ ਇੱਕ ਦੂਜੇ ਨੂੰ ਵੇਖਦੇ ਰਹੇ ਖਾਮੋਸ਼ ਨਵੇਂ ਹੁਣ ਕਦੋਂ ਆਏਗਾ ਬੋਲਾਂ ਚ ਗਮਗੀਨਤਾ ਸੀ 15 ਜਾਂ 20 ਦਿਨਾਂ ਨੂੰ ਮੈਂ ਠੋਸ ਜਵਾਬ ਦਿੱਤਾ ਸੀ ਖੁਸ਼ੀ ਨਾਲ ਆਵੇਂ ਸੂ ਮੈਂ ਹਰ ਪਲ ਕਰਾਂਗੀ ਤੇਰਾ ਇੰਤਜ਼ਾਰ ਸਾਡਾ ਇਹ ਪਿਆਰ ਅੱਗ ਨਾਲ ਖੇਡਣ ਵਰਗੀ ਗੱਲ ਹੈ ਮੈਨੂੰ ਪਤਾ ਹੈ ਸਰਹੱਦ ਮੌਤ ਦਾ ਨਾ ਹੈ ਫਿਕਰ ਨਾ ਕਰ ਸੀਮਾ ਮੈਂ ਆਉਂਗਾ ਮੌਤ ਦੀਆਂ ਅੱਖਾਂ ਚੱਖਾਂ ਪਾ ਕੇ ਵੀ ਆਉਂਗਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਸੰਗੀ ਨਾ ਮਾਈ ਡੀਅਰ ਨਹੀਂ ਬਸ ਤੇਰੀ ਲੋੜ ਏ ਮੈਂ ਚੱਕਦੇ ਜੇ ਉਹਨੂੰ ਬਾਹਾਂ 'ਚ ਲੈ ਲਿਆ ਇਹਨਾਂ ਲੋਕਾਂ ਚਲੇ ਜਾਣਾ 2-4 ਦਿਨ ਠਹਿਰ ਕੇ ਤੂੰ ਆਵੀਂ ਆਪਾਂ ਖੁੱਲ ਕੇ ਮਿਲਾਂਗੇ ਤੇਰੇ ਬਗੈਰ ਮੇਰਾ ਵੀ ਲੱਗਣਾ ਨਹੀਂ ਦਿਲ ਉਹ ਅੱਖਾਂ ਪਰ ਆਈ ਸੀ ਉਹਦੇ ਹੁਸੈਨ ਮੁਖੜੇ ਤੇ ਕਣਕੋਲ ਘਟਾਵਾਂ ਸਨ ਉਦਾਸੀ ਤੇ ਫਿਕਰ ਦੀਆਂ ਉਹ ਆਪਣੇ ਅਥਰੂ ਪੀ ਕੇ ਮੁਸਕੁਰਾਈ ਉਦੇ ਅੰਦਰ ਦੀ ویرਾਨੀ ਚਿਹਰੇ ਤੇ ਜ਼ਖਮ ਵਾਂਗ ਫਸਰ ਗਈ ਮੈਤ੍ਰਬ ਕੇ ਸੀਮਾਵਲ ਵੇਖਿਆ ਉਹਦਾ ਚਿਹਰਾ ਸਾਲਗ ਮੁਹੱਬਤ ਦੇ ਹੁੰਗਾਰੇ ਦੀ ਗਵਾਹੀ ਦੇ ਰਿਹਾ ਸੀ ਕੁਝ ਵਿਥ ਤੇ ਬੈਠੇ ਵੀ ਮਾਨਦੇ ਰਹੇ ਇੱਕ ਦੂਜੇ ਦੇ ਜਿਸਮ ਦਾ ਨਿਗ ਸਿਖਰ ਦੁਪਹਿਰੀ ਵਰਗੇ ਪਲਾਂਦ ਨੇ ਕਰਤਾ ਸ਼ੁਰੂ ਪਿੰਗਲ ਪਿੰਗਲਣਾ ਕਿਸੇ ਚੁੰਬਕੀ ਖਿੱਚਣ ਵਿੱਚ ਲੀ ਵਿਥ ਮੇਟ ਦਿੱਤੀ ਦੋਹਾਂ ਦੇ ਤਪ ਦੇ ਬੁੱਲ ਟਕਰਾਏ ਚੰਗਿਆੜੇ ਫੁੱਟੇ ਕਲੀਆਂ ਖਿੜੀਆਂ ਮਹਿਕਦੀਆਂ ਮੁਹੱਬਤ ਦਾ ਖਜ਼ਾਨਾ ਸਾਂਝਾ ਹੋ ਗਿਆ ਦੋਹਾਂ ਦਾ ਪਿਆਰ ਦਾ ਮਹਿਲ ਉਸਾਰਨ ਲਈ ਉਹ ਮੇਰੇ ਦਿਲ 'ਚ ਨਹੀਂ ਪੱਥਰ ਰੱਖ ਕੇ ਵਾਧਿਆਂ ਦਾ ਚਲੀ ਗਈ ਤੇ ਮੈਂ ਮਿਲ ਕੇ ਖਾਨ ਨੂੰ ਆ ਗਿਆ ਸਬ ਵਾਪਸ ਭਾਰਤ ਮੈਂ ਉਸ ਰਾਤ ਜਾਣਾ ਸੀ ਪਾਰ ਸੀਮਾ ਨੂੰ ਮਿਲਣ ਅਚਾਨਕ ਇੱਕ ਘਟਨਾ ਵਾਪਰ ਗਈ ਬੜੀ ਅਜੀਬ ਤੇ ਵਿਚਤਰ ਅਨੋਖੀ ਤੇ ਭਿਆਨਕ ਦਿਲ ਹਲਾ ਦੇਣ ਵਾਲੀ ਤਿੰਨ ਚਾਰ ਮਹੀਨੇ ਪਹਿਲਾਂ ਦੀ ਗੱਲ ਹੈ ਪੀਰੀਅਡ ਮੁੱਕਾ ਰਿਸੈਸ ਹੋ ਗਈ ਆਪਣੇ ਕੈਬਨ ਨੂੰ ਜਾਂਦੇ ਡਾਕਟਰ ਜਗਿੰਦਰ ਸਿੰਘ ਰਾਹੀ ਜੀ ਨੇ ਇਸ਼ਾਰੇ ਨਾਲ ਮੈਨੂੰ ਕੋਲ ਬੁਲਾਇਆ ਤੇ ਦੱਸਿਆ ਕਿ ਤੇਰੀ ਮਾਤਾ ਜੀ ਹੋਸਟਲ ਆਈ ਬੈਠੇ ਹਨ ਛੇਤੀ ਜਾ ਕੇ ਮਿਲ ਮੈਂ ਤਰਬ ਗਿਆ ਸੋਚਿਆ ਮੇਰੀ ਮਾਂ ਤਾਂ ਵਿਚਾਰੀ ਵਰਿਆਂ ਤੋਂ ਟੀਵੀ ਦੀ ਮਰੀਜ਼ ਹੋਈ ਮੰਜੀ ਤੇ ਪਈ ਉਹ ਕਿਵੇਂ ਆ ਗਈ ਕੀ ਬਾਜਰਾ ਹੋਇਆ ਸੋਚੀ ਪਿਆ ਹੋਸਟਲ ਪੁੱਜਾ ਤੇ ਸਿੱਧਾ ਗੈਸਟ ਰੂਮ ਵੱਲ ਗਿਆ ਅਗੇ ਤਾਰਾ ਸਿੰਘ ਪੁੰਬਲੀ ਦੀ ਪਤਨੀ ਰਾਮਕੌਰ ਬੈਠੀ ਵੇਖੀ ਅਸਲੀ ਨਾਮ ਨਹੀਂ ਮੇਰਾ ਮੱਥਾ ਠਣ ਗਿਆ ਹੇ ਰੱਬਾ ਸੋਖੋ ਵੇਸੀ ਮਿਲਿਆ ਘਰ ਦਾ ਹਾਲਚਲ ਪੁੱਛਿਆ ਭਾਉ ਤਾਰਾ ਸਿੰਘ ਦੀ ਖਬਰ ਸਾਰ ਲਈ ਸਧਾਰਨ ਕੱਦ ਕਾਟ ਤੇ 40-45 ਸਾਲ ਦੀ ਕਣਕਵੰਨੇ ਰੰਗ ਦੀ ਤਿੱਖੇ ਨਕਸ਼ਾਂ ਵਾਲੀ ਔਰਤ ਪਲ ਦੀ ਪਲ ਗੱਲ ਕਰਦੀ ਝਿਜਕੀ ਡਰ ਤੇ ਸਹਿਮ ਦੀ ਹਲਕੀ ਜੀ ਪਰਤ ਉਹਦੇ ਚਿਹਰੇ ਤੇ ਸਪਸ਼ਟ ਦਿਸਣ ਲੱਗੀ ਪਹਿਲਾਂ ਤਾਂ ਤਾਰੇ ਦੀਆਂ ਵਧੀਕੀਆਂ ਦੇ ਰੋਣੇ ਰੋਂਦੀ ਰਹੀ ਫਿਰ ਕੁੜੀ ਦੇ ਵਿਆਹ ਨੂੰ ਲੈ ਬੈਠੇ ਵੱਲ ਦਰਜੀਆਂ ਗੱਲਾਂ ਕਰੇ ਬੁਝਾਰਤਾਂ ਪਾਵੇ ਅਖੀਰ ਆਸੇ-ਪਾਸੇ ਵੇਖ ਕੇ ਹੌਲੀ ਜੀ ਕਹਿੰਦੀ ਤੈਨੂੰ ਤਾਂ ਚੰਗੇ ਮਾੜੇ ਬੰਦਿਆਂ ਦਾ ਪਤਾ ਹੈ ਜੇ ਤਾਰੇ ਨੂੰ ਮਾਰ ਜਾਂ ਮਰਵਾ ਦੇਵੇਂ ਤਾਂ 1 ਲੱਖ ਨਕਦ ਦੂੰ ਹੋਰ ਵਿਚਾਰਾ ਕਰੋ ਚੱਲ 50 ਹੋਰ ਲੈ ਲਈ ਗੱਲ ਕਰਦੀ ਨੂੰ ਤਰੇਲੀ ਆ ਗਈ ਸਾਹ ਤੇਜ ਹੋ ਗਿਆ ਮੈਨੂੰ ਜਿਵੇਂ ਕਲਰੀ ਸੱਪ ਲੜ ਗਿਆ ਹੋਵੇ ਮੈਂ ਬੱਜਰ ਬੋਲਾ ਹੋ ਗਿਆ ਕੰਨਾਂ ਤੇ ਯਕੀਨ ਨਾ ਆਵੇ ਕਿ ਮੈਂ ਆਪਣੇ ਪਿਆਰੇ ਦੋਸਤ ਨੂੰ ਕਤਲ ਕਰ ਦੇਵਾਂ ਉਹ ਮੇਰੇ ਰੱਬਾ ਗੁੱਸਾ ਬਰੂਦ ਵਾਂਗ ਚੜ ਗਿਆ ਬੜੀ ਮੁਸ਼ਕਲ ਸੰਭਲਿਆ ਨਫ਼ਰਤ ਨਾਲ ਵੇਖਦਿਆਂ ਗਿਆ ਨਹੀਂ ਤੂੰ ਇਹ ਸੋਚ ਵੀ ਕਿਵੇਂ ਲਿਆ ਜਾਂ ਚਲੀ ਜਾਇਆ ਤੂੰ ਚੁੱਪ ਕਰਕੇ ਮੋੜਿਆ ਫੜਾਕ ਕਰਕੇ ਦਰਵਾਜ਼ਾ ਬੰਦ ਕੀਤਾ ਤੇ ਆਪਣੇ ਕਮਰੇ ਵੱਲ ਤੁਰ ਪਿਆ ਸਰੀਰ ਚੋਂ ਸਾਹ ਸੱਤ ਮੁੱਕ ਗਈ ਡੈਨਾ ਵਰਗੀ ਰਾਮਕੌਰ ਦੀ ਗੱਲ ਸੁਣ ਕੇ ਮੇਰੀ ਰੂਹ ਵਲੁੰਦਰੀ ਗਈ ਉਲਦਾ ਉਲਦਾ ਗ੍ਰਿਜ ਦਾ ਮੈਂ ਮੰਜੇ ਤੇ ਜਾ ਟਿਕਾ ਬੇਜਾਨ ਬੇਹਰਕਤਾ ਸਰੀਰ ਜਿਵੇਂ ਪੱਥਰ ਦਾ ਹੋ ਗਿਆ ਪਹਿਲਾਂ ਤਾਂ ਯਕੀਨ ਨਾ ਵੀ ਜ਼ਰਾ ਠੰਡੇ ਦਿਮਾਗ ਨਾਲ ਸੋਚਿਆ ਤਾਂ ਮਾਮਲਾ ਖੌਫਨਾਕ ਲੱਗਾ ਮੈਨੂੰ ਦੁੱਖ ਤੇ ਚਿੰਤਾ ਹੋਈ ਤਾਰਾ ਸਿੰਘ ਮੇਰਾ ਪਿਆਰਾ ਦੋਸਤ ਸੀ ਸਾਰੀ ਰਾਤ ਅਜੀਬ ਤੇ ਡਰਾਉਣੇ ਸੁਪਨੇ ਆਉਂਦੇ ਰਹੇ ਬੰਦਾ ਦੁਸ਼ਮਣ ਤੋਂ ਬਚਾਤਾ ਕਰ ਲੇ ਪਰ ਆਪਣੇ ਦਾ ਕੀ ਕਰੇ ਅਗਲੇ ਦਿਨ ਛੁੱਟੀ ਹੋਈ ਮੈਂ ਸਿੱਧਾ ਤਾਰੇ ਕੋਲ ਪਿੰਡ ਭੁੰਬਲੀ ਜਾ ਪੁੱਜਾ ਕੁਦਰਤੀ ਬਾਹ ਬੰਬੀ ਤੇ ਹੀ ਮਿਲ ਗਿਆ ਮੈਂ ਬਗੈਰ ਕਿਸੇ ਲੁੱਕ ਲੁਕਾ ਦੇ ਉਹਦੇ ਸਿਰ ਤੇ ਮੰਡਰਾਉਂਦੇ ਖਤਰੇ ਤੋਂ ਸੁਚੇਤ ਕਰ ਦਿੱਤਾ ਰਾਮਕੌਰ ਬਾਰੇ ਮੈਂ ਨਹੀਂ ਦੱਸਿਆ ਉਹ ਤਾਂ ਹੁਣੇ ਜਾ ਕੇ ਉਹਦੇ ਪਾਸੇ ਤੋੜ ਸੁੱਟਦਾ ਬੜਾ ਗੁੱਸੇ ਖੋਰਾ ਤੇ ਜਜ਼ਬਾਤੀ ਬੰਦਾ ਮੈਂ ਉਸੇ ਦਿਨ ਸ਼ਾਮੀ ਵਾਪਸ ਯੂਨੀਵਰਸਿਟੀ ਆ ਗਿਆ ਪਰ ਅਫਸੋਸ ਇਸ ਘਟਨਾ ਪਿੱਛੋਂ ਦੇ ਬੜੇ ਭਿਆਨਕ ਤੇ ਸਨਸਨੀਖੇਜ਼ ਸੱਟੇ ਨਿਕਲੇ ਸਤਾਰਾ ਯੂਨੀਵਰਸਿਟੀ ਵੀ ਜਾਂਦਾ ਰਿਹਾ ਮੇਰੇ ਕੋਲ ਹਰ ਵਾਰ ਇਹੋ ਆਖਦਾ ਪੈਸਿਆਂ ਦੀ ਪਰਵਾਹ ਨਾ ਕਰ ਮੈਨੂੰ ਕਿਤੇ ਪਿਸਤੌਲ ਜ਼ਰੂਰ ਲੈ ਦੇ ਬੜੀ ਵੱਡੀ ਦੁਸ਼ਮਣੀ ਆ ਮੇਰੀ ਸ਼ਰੀਕ ਕਿਤੇ ਜਾ ਜਾਂਦੀ ਨਾ ਕਰ ਦੇ ਇੱਕ ਤਰ੍ਹਾਂ ਖੜੇ ਹੀ ਪੈ ਗਿਆ ਅਖੀਰ ਉਹਨੂੰ ਮੈਂ ਆਪਣੇ ਇੱਕ 파ਰਟੀ ਕੰਟੈਕਟ ਤੋਂ 800 ਰੁਪਏ ਦਾ ਵੈਬਲੀ ਸਕਾਟ ਰਿਵਲਵਰ ਲੈ ਦਿੱਤਾ ਉਹ ਹੋਰ ਵੀ ਮੇਰੇ ਨੇੜੇ ਹੋ ਗਿਆ ਮੈਂ ਅਕਸਰ ਉਹਦੇ ਪਿੰਡ ਜਾਂਦਾ ਆਉਂਦਾ ਰਹਿੰਦਾ ਉਹਦੀ ਬੀਏ ਪਾਸ ਕੁੜੀ ਸੁਰਿੰਦਰ ਬੜਾ ਮੋਹ ਕਰਦੀ ਮੇਰੇ ਨਾਲ ਪਰ ਉਹ ਤਾਂ ਮੱਝ ਦਾ ਪੰਬੜ ਸੀ ਨੇੜੇ ਕੌਣ ਜਾਂਦਾ ਦੋ ਚਾਰ ਚੱਕਰਾਂ ਪਿੱਛੋਂ ਮੈਂ ਸਿੱਟਾ ਕੱਢਿਆ ਕਿ ਸਰੰਦਰ ਸਰੂਰ ਦਾ ਮੈਂ ਕਾਂ ਛੜਦਾ ਪਿਆਲਾ ਉਹ ਵੀ ਲੋਚਦੀ ਏ ਕਿਸੇ ਗੱਭਰੂ ਦਾ ਸਾਥ ਪਰ ਤਾਰੇ ਤੋਂ ਡਰਦਾ ਕੋਈ ਨੇੜੇ ਨਾ ਜਾਂਦਾ ਕੁਝ ਸਮਾਂ ਤਾਂ ਮੈਂ ਵੀ ਪਾਸਾ ਵਟਾ ਘਰਿਆ ਅਖੀਰ ਉਹਦੀ ਗ੍ਰਿਫਤ ਚ ਆਈ ਗਿਆ ਪਿਆਰ ਤੇ ਸੈਕਸ ਇੱਕ ਦੂਜੇ ਦੇ ਪੂਰਕ ਹਨ ਵਿਰੋਧੀ ਲਿੰਗ ਵੱਲ ਖਿੱਚੇ ਜਾਂਦੀ ਸੈਕਸ ਮੁੱਢਲੀ ਕਿਰਿਆ ਹੈ ਸ਼ਰਤ ਹੈ ਵਾਕਫੀ ਤੋਂ ਹੌਲੀ-ਹੌਲੀ ਸਰੀਰਕ ਸੰਬੰਧਾਂ ਤੱਕ ਦਾ ਸਫ਼ਰ ਪਿਆਰ ਖਵਾਉਂਦਾ ਹੈ ਮੁੱਢ ਤੇ ਆਖਰੀ ਮੰਜ਼ਲ ਵਿਚਲੇ ਵਖਰੇ ਵਾਂਗ ਸਾਰੇ ਨੂੰ ਸਾਡੇ ਸਬੰਧਾਂ ਦਾ ਪਤਾ ਲੱਗਣ ਤੇ सुरेंद्र ਦੀ ਮੰਗਣੀ ਕਰਨ ਦੀ ਤਿਆਰੀ ਕਰਨ ਲੱਗਾ सुरेंद्र ਨੇ ਮੈਨੂੰ ਕਿਧਰੇ ਲੈ ਜਾਣ ਲਈ ਉਕਸਾਇਆ ਪਰ ਮੈਂ ਨਹੀਂ ਮੰਨਿਆ ਮੈਂ ਪੇਪਰਾਂ 'ਚ ਰੁੱਝ ਗਿਆ ਇੱਕ ਦਿਨ ਮੈਨੂੰ ਮਿਲਣ ਆਇਆ ਤਾਰਾ ਦੱਸ ਗਿਆ ਵੀ सुरेंद्र ਦਾ ਵਿਆਹ ਹੈ ਇਹਨਾਂ ਦਿਨਾਂ ਵਿੱਚ ਹੀ ਤਾਰੇ ਦਾ ਆਪਣੇ ਸਹੁਰਿਆਂ ਨਾਲ ਬੋਲਕ-ਬੋਲ ਹੋ ਗਿਆ सुरेंद्र ਦੇ ਮਾਮੇ ਵਿਆਹ ਆਏ ਤਾਰਾ ਹੋਰ ਪਰੇਖ ਉੱਠਿਆ ਆਪਣੀ ਹੀਥੀ ਹੋਈ ਸਮਝੀ ਇਸੇ ਪਰੇਸ਼ਾਨੀ ਤੇ ਗੁੱਸੇ 'ਚ ਕਲਾਕਾਰਾਂ ਨੂੰ ਸਟੇਜ ਵੀ ਨਾ ਲਾਉਣ ਦਿੱਤੇ ਫੋਟੋਆਂ 'ਤੇ ਛਿੜਕੇ ਕੀਮਤੀ ਕੈਮਰੇ ਤੋੜ-ਭੰਨ ਦਿੱਤੇ ਜਿਵੇਂ ਕਿਵੇਂ ਵਿਆਹ ਹੋ ਗਿਆ सुरेंद्र ਨਾਰੋਈ ਨਹਾਨਣਾ ਨੂੰ ਮਿਲੀ ਚੁੱਪ ਕਰਕੇ ਕਾਰ 'ਤੇ ਜਾ ਬੈਠੀ ਜਿਸ ਕੁੜੀ ਦੇ ਵਿਆਹ ਤੇ ਉਹਦੇ ਪਿਓ ਨੇ ਇੰਨੀ ਕੰਜਰਕੜੀ ਕੋਲੀ ਹੋਵੇ ਉਹ ਅਗਲੇ ਘਰ ਕੇ ਸਮੁੰਹ ਜਾਵੇ ਐਸੇ ਨਾਜ਼ੁਕ ਸਮੇਂ ਕਈ ਵਾਰ ਵਿਦਰੋਹੀ ਸੁਰਪਾਰੂ ਹੋ ਜਾਂਦੀ ਹੈ ਵਿਆਹ ਤੋਂ ਅਗਲੇ ਦਿਨ ਤਾਰੇ ਨੇ ਰਾਮਕੌਰ ਨੂੰ ਸਪਸ਼ਟ ਕਿਹਾ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਵੇਚ ਦੇਵੇ ਉਦੇ ਪਿਓ ਨੇ ਉਹਨਾਂ ਸਾਰੇ ਭੈਣ ਭਰਾਵਾਂ ਦੇ ਨਾਮ ਜ਼ਮੀਨ ਲਈ ਹੋਈ ਹੁੰਦੀ ਏ ਉਹ ਲੜ ਝਗੜ ਕੇ ਪੇਕੇ ਕਥੂ ਨੰਗਲ ਚਲੀ ਗਈ ਇੱਕ ਪਾਸੇ ਲਾਲਚੀ ਪਤੀ ਦੂਜੇ ਪਾਸੇ ਲੋਭੀ ਮਾਪੇ ਤਾਰਾ ਆਪਣੇ ਕੰਮਾਂ ਚੁੱਲ ਗਿਆ सुरेंद्र ਦਾ ਪਤੀ ਵਿਆਹ ਤੋਂ ਮਹੀਨਾ ਕੁ ਵਿੱਚੋ ਅਮਰੀਕਾ ਚਲਾ ਗਿਆ ਉਹ ਖਲਮ ਖਾਲੀ ਘਰ ਆ ਬੈਠੇ ਵਿਆਹੀ ਕੁਆਰੀ ਇੱਕ ਬਰਾਬਰ ਉਹਨੂੰ ਆਪਣੇ ਪਿਓ ਤੇ ਥਾ ਗੁੱਸਾ ਆਉਂਦਾ ਕਚੀਚੀਆਂ ਵਟਦੀ ਹੱਥ ਮਲਦੀ ਕਦੇ ਮਾਂ ਨੂੰ ਮਿਲਣ ਨਾਨਕੇ ਵੀ ਚਲੀ ਜਾਂਦੀ ਤਾਰੇ ਤੋਂ ਚੋਰੀ ਬੜਾ ਕੁਝ ਰਿਜ ਦਾ ਪੱਕਦਾ ਰਿਆ ਨੇੜੇ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤਾਰੇ ਨੂੰ ਸਮਝਾਇਆ ਵੀ ਉਹ ਬੰਦਾ ਬਣੀ ਜ਼ੀਰਕੇ ਖਾਵੇ ਆਪਣੀ ਹੀਠੀ ਆਪ ਨਾ ਕਰਾਵੇ ਸਾਲਿਆਂ ਨੇ ਕਈ ਹਿੱਲੇ ਵਰਤੇ ਵਿਚੋਲੇ ਪਾਏ ਪਰ ਅੜਬ ਤਾਰਾ ਕਿਸੇ ਕੁੱਲ ਤੇ ਨਾ ਆਇਆ ਇਹਨਾਂ ਦਿਨਾਂ ਚ ਹੀ ਰਾਮਕੌਰ ਮੇਰੇ ਕੋਲ ਯੂਨੀਵਰਸਿਟੀ ਗਈ ਮਈ ਮਹੀਨੇ ਦੀ ਸਿਖਰ ਦੁਪਹਿਰ ਗਮ ਗਲਤ ਕਰਨ ਲਈ ਤਾਰੇ ਨੇ ਬੋਤਲ ਖੋਲ ਲਈ ਦੋ ਹਾੜਿਆਂ ਚ ਅੱਧੀ ਬੋਤਲ ਅੰਦਰ ਕੁੰਡਲਦਾਰ ਮੁੱਛਾਂ ਨੂੰ ਵਟਾ ਦਿੱਤਾ ਆदत ਅਨੁਸਾਰ ਪੱਗ ਲਾ ਕੇ ਸਰਹਾਣੇ ਪਾਵੇ ਨਾਲ ਟੰਗ ਤੇ ਤਰੇਕਾਂ ਦੀ ਛਾਵੇਂ ਬੈਠੇ ਨੇ ਖਾਲੀ ਤੇ ਸੁੰਨੇ ਵਿਹੜੇ ਵੱਲ ਉਦਾਸ ਜਿਹਾ ਤੱਕਿਆ ਅੰਦਰੋਂ ਡੂੰਗਾ ਹੌਕਾ ਨਿਕਲਿਆ ਸੋਚਦਾ ਹੋਰ ਚੌ ਦਿਨਾਂ ਨੂੰ ਕੁੜੀ ਵੀ ਚਲੀ ਜਾਊ ਫਿਰ ਮੈਂ ਇਕੱਲਾ ਹੀ ਰਹਿ ਜੂੰ ਉਹ ਗੁੱਸੇ ਨਾਲ ਧੁੱਕਿਆ ਪਾਪਾ ਜੀ ਮੈਂ ਨਹਾਉਣਾ ਤੁਸੀਂ ਅੰਦਰ ਚਲੇ ਜਾਓ ਤਾਂ ਸਰੇਂਦਰ ਨੇ ਹੱਥ ਚ ਤੌਲੀਆ ਤੇ ਕੱਪੜੇ ਫੜੇ ਹੋਏ ਬਾਥਰੂਮ ਦਾ ਦਰਵਾਜ਼ਾ ਟੁੱਟਾ ਹੋਣ ਕਰਕੇ ਅੱਗੇ ਮੰਜੀ ਖੜੀ ਕਰਨੀ ਪੈਂਦੀ ਚਾਦਰ ਸਵਾਰੀ ਕਰਦਾ ਤਾਰਾ ਅੰਦਰ ਜਾ ਪਿਆ ਪਲ ਦੀ ਪਲ ਦੂਰ ਦੀਆਂ ਸੋਚਾਂ ਚ ਉਲਝ ਗਿਆ ਤਾਰਾ ਜਮੰਦ ਰੂ ਹੀ ਬੜਾ ਅਜੀਬ ਟੇਡੇ ਗੁੰਝਲਦਾਰ ਕਰੈਕਟਰ ਦਾ ਆਦਮੀ ਹੁੰਦਾ ਉਮਰ ਭਾਵੇਂ 50 ਸਾਲਾਂ ਦੇ ਨੇੜੇ ਤੇੜੇ ਪਰ ਸਰੀਰ ਦੀ ਕਾਠੀ ਅਜੇ ਗੱਬਰੂ ਵਰਗੀ ਉਹ ਕੱਪੜਿਆਂ ਤੌਰ ਰਹਿਣੀ ਬਹਿਣੀ ਤੇ ਕਈ ਹੋਰ ਪੱਖਾਂ ਤੋਂ ਨਿਵੇਕਲਾ ਤੇ ਵੱਖਰਾ ਲੱਗਦਾ ਧੂਆਂ 2 ਫੱਟੀ ਚਾਦਰਾਂ ਨਾਲ ਤਰੀਜ਼ਾਂ ਵਾਲੀ ਕਮੀਜ਼ ਪਾਉਂਦਾ ਦੋ ਨੁਕਰੀ ਅੰਮ੍ਰਿਤਸਰੀ ਪੱਗ ਬੰਨਦਾ ਦਰਮਿਆਨਾ ਕੱਦ ਹੋਰ ਲੰਮਾ ਲੱਗਦਾ ਪੈਰੀਂ ਤੇਲੇਦਾਰ ਖੁੱਸਾ ਜਾਂ ਗੁਰਗਾਬੀ ਲਾਲ ਸੁਰਖ ਮੋਟੀਆਂ ਅੱਖਾਂ ਹਰ ਵਕਤ ਗੁੱਸੇ ਨਾਲ ਚੰਗਿਆੜੇ ਛੜਦਿਆਂ ਰਹਿੰਦੀਆਂ ਹੱਥ 'ਚ ਕਿਰਪਾਨ ਡੱਬ ਵਿੱਚ ਰਿਵਾਲਵਰ ਰੱਖਦਾ ਜਿੱਧਰੋਂ ਵੀ ਲੰਘਦਾ ਲੋਕ ਤੱਕਦੇ ਹੀ ਰਹਿ ਜਾਂਦੇ ਉਹਦੀ ਆਪਣੀ ਨਵੇਕਲੀ ਪਛਾਣ ਤੇ ਠਾਠ ਬਾਠ ਹੁੰਦੀ ਸੁਰਿੰਦਰ ਨੇ ਟੇਢੀ ਨਜ਼ਰੇ ਬੈਠਕ 'ਚ ਪਏ ਤਾਰੇਮਲ ਵੇਖਿਆ ਧੜਕਦੇ ਦਿਲ ਨਾਲ ਨਲਕਾ 껠ੜ ਕੇ ਪਾਣੀ ਪੀਤਾ ਅੱਗੇ ਮੰਜੀ ਖੜੀ ਕਰਕੇ ਦੱਬੇ ਪੈਰੀਂ ਦੂਸਰੇ ਕਮਰੇ 'ਚ ਗਈ ਪਹਿਲਾਂ ਕੱਪੜੇ ਬਦਲੇ ਫੋਟੋ ਵਿੱਚ ਫੋਟੋ ਪਿੱਛੋਂ ਚਾਬੀ ਲੈ ਕੇ ਵੱਡਾ ਟਰੰਕ ਖੋਲਿਆ 10000 ਰੁਪਇਆ ਤੇ ਬੁੱਕ ਸਾਰੇ ਗਹਿਣੇ ਆਪਣੇ ਪਰਸ ਚ ਪਾਏ ਆਸੇ-ਪਾਸੇ ਤਾੜ ਦੀ ਚੱਕਵੇਂ ਪੈਰੀ ਗਲੀ ਚ ਆ ਗਈ ਕਹਿਰਾਂ ਦੀ ਗਰਮੀ ਬੰਦਾ ਨਾ ਪਰਿੰਦਾ ਦੌੜਦੇ ਆ ਵਾਂਗ ਪਿੱਪਲ ਹੀਟ ਆਈ ਜਿੱਥੇ ਅੰਮ੍ਰਿਤਸਰ ਜਾਣ ਵਾਲੀ ਬੱਸ ਆ ਕੇ ਰੁਕਦੀ ਕੁਦਰਤੀ ਦੁਪਹਿਰ ਕਰਕੇ ਦੋ ਤਿੰਨ ਬਜ਼ੁਰਗੀ ਪਰਾਂ ਪ੍ਰਾਇਮਰੀ ਸਕੂਲ ਦੀ ਢੇਕ ਹੀਟ ਬੈਠੇ ਗੱਲੀ ਰੁੱਝੇ ਹੋਏ ਵੇਖੇ ਉਹ ਘਬਰਾ ਗਏ ਬੱਸ ਆਈ ਨਾ ਬਾਰ-ਬਾਰ ਘੜੀ ਵੇਖਦੀ ਰਿਕਸ਼ਾ ਕੋਈ ਦਿਸਿਆ ਨਾ ਉੱਥੇ ਖੜੇ ਰਹਿਣਾ ਖਤਰਨਾਕ ਸਮਝ ਕੇ ਡਰੀ ਸੈਮੀ ਪਿਛੇ ਝਾਕਦੀ ਪੈਦਲੀ ਰਮਾ ਰਮੀਤ ਸੜਕ ਕੇ ਸੜਕ ਤੁਰ ਪਈ ਸਾਹੋਂ ਸਾਈ ਤੇ ਮੁੜ ਕੋ ਮੁੜ ਕੇ ਗळा ਖੁਸ਼ਕ ਬੁੱਲਾਂ ਤੇ ਸਿਕਰੀ ਰੰਗ ਉੱਡਿਆ ਪਰ ਹਿੰਮਤ ਅਜੇ ਕਾਇਮ ਖਿਜਣ ਲੱਗੀ ਕਿ ਬੱਸ ਕਿਉਂ ਨਹੀਂ ਆਈ ਰਿਕਸ਼ੇ ਵਾਲਿਆਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੀ ਪਤਾ ਨਹੀਂ ਕਿਹੜੇ ਵੇਲੇ ਵੱਡਾ ਸਕੂਲ ਲੰਘੇ ਪੈਰਾਂ 'ਚ ਫੁਰਤੀ ਤੇ ਚਿਹਰੇ ਤੇ ਨਿਰਾਸ਼ਾ ਉੱਡ ਕੇ ਜੀਟੀ ਰੋਡ ਤੇ ਪੁੱਜਣਾ ਲੋਚਦੀ ਜਿੱਥੋਂ ਬੱਸ ਫੜ ਲੈਣੀ ਹੁੰਦੀ ਅਗੋਂ ਅਚਾਨਕ ਇੱਕ ਖਾਲੀ ਰਿਕਸ਼ਾ ਆਉਂਦਾ ਵੇਖ ਕੇ ਖੁਸ਼ ਹੋ ਗਈ ਇਸ਼ਾਰੇ ਨਾਲ ਰਿਕਸ਼ਾ ਰੋਕਿਆ ਕਾਲੀ ਨਾਲ ਬੈਠੀ ਹੌਲੀ ਜੀ ਬੋਲੀ ਜੀਟੀ ਰੋਡ ਕਮਜ਼ੋਰ ਜੇ ਰਿਕਸ਼ੇ ਵਾਲੇ ਨੂੰ ਹੋਰ ਤੇਜ਼ ਚਲਾਉਣ ਲਈ ਹੱਲਾਸ਼ੇਰੀ ਦਿੱਤੀ ਕਦੇ-ਕਦੇ ਪਿੱਛੇ ਵੇਖ ਲੈਂਦੀ ਮੜਕਾਂ ਪਹੁੰਚਦੇ ਰੁਮਾਲ ਨਾਲ ਹਵਾ ਚੱਲਦੀ ਖੜਕਦੀ ਧੁੱਪ ਕਰਨ ਅੱਗੇ ਪਿੱਛੇ ਦੂਰ ਤੱਕ ਸੜਕ ਖਾਲੀ ਪਈ ਦਿਸਦੀ ਇੱਕ ਅਣਜਾਣਿਆ ਖੌਫ ਉਹਦੇ ਦਿਲ ਦਿਮਾਗ ਤੇ ਫਸਰਨ ਲੱਗਾ ਪਰ ਸਮੋਢੇ ਤੋਂ ਲਾ ਕੇ ਉਸ ਪੱਟਾਂ ਤੇ ਰੱਖ ਲਿਆ ਉਤੋਂ ਮਗਰੋਂ ਤਾਰਾ ਨਸ਼ਾ ਤਿੱਖਾ ਕਰਨ ਲਈ ਉੱਠਿਆ ਵੇੜੇ ਚਾਖ ਲੋਤਾ ਨਲਕੇ ਅੱਗੇ ਮੰਜੀ ਖੜੀ ਵੇਖ ਕੇ ਸੁਰਿੰਦਰ ਦਾ ਖਿਆਲ ਆਇਆ ਨਲਕਾ ਖਾਲੀ ਲੱਗਾ ਬਾਜ ਦਿੱਤੀ ਸੁਰਿੰਦਰ ਹੁੰਦੀ ਤਾਂ ਬੋਲਦੀ ਬਾਹਰਲਾ ਦਰਵਾਜ਼ਾ ਖੁੱਲਾ ਵੇਖ ਕੇ ਉਹ ਕਾਲੀ ਨਾਲ ਅੰਦਰ ਗਿਆ ਕੱਪੜੇ ਖਿਲਰੇ ਵੇਖ ਕੇ ਸਾਰੀ ਕਹਾਣੀ ਸਮਝ ਗਿਆ ਪੈਰਾਂ ਹੇਠ ਧਰਤੀ ਕੰਬੀ ਮਨ ਡੋਲਿਆ ਥੜਕਿਆ ਬਗੈਰ ਇੱਕ ਛਿਣ ਵੀ ਰੁਕਿਆ ਸਾਈਕਲ ਲੈ ਕੇ ਹਵਾ ਦੇ ਬੁੱਲੇ ਵਾਂਗ ਗੱਡੇ ਤੇ ਪੁੱਜਾ ਪਰ ਦਿਸਿਆ ਕੋਈ ਨਾ ਘਬਰਾਏ ਤੇ ਸਥਲਮਾਨ ਨਾਲ ਸਾਈਕਲ ਉਸ ਜੀਟੀ ਰੋਡ ਨੂੰ ਮੋੜ ਲਿਆ ਵੱਡਾ ਸਕੂਲ ਲੰਘਦੇ ਆਈ ਉਹਨੂੰ ਰਿਕਸ਼ਾ ਨਜ਼ਰੀ ਪੈ ਗਿਆ ਮਨ ਨੂੰ ਥੋੜੀ ਤਸੱਲੀ ਹੋਈ। ਨਾਖਾਂ ਦੇ ਬਾਗ ਕੋਲ ਉਸ ਰਿਕਸ਼ਾ ਜਾ ਕੇ ਰਿਹਾ। ਬੜੇ ਜ਼ੋਰ ਨਾਲ ਬੇਕਾਬੂ ਹੁੰਦੇ ਦਿਲ ਨੂੰ ਕਾਬੂ ਕੀਤਾ। ਦੰਦਾਂ ਹੀਟ ਜੀਭ ਦੇ ਕੇ ਸਾਰਾ ਗੁੱਸਾ ਪੀ ਰਿਹਾ। ਜਮੰਦਰੂ ਬਦਮਾਸ਼ ਸੀ। ਸੋਚਿਆ ਜੇ ਇੱਥੇ ਮਾੜਾ ਚੰਗਾ ਬੋਲਿਆਂ। ਜ਼ਮਾਨੇ 'ਚ ਭੰਡੀ ਹੋ 20 ਗੱਲਾਂ ਬਣਾਉਣਗੇ। ਚਲਾਕ ਤਾਰੇ ਨੇ ਗੱਲ ਦਾ ਰੁਖ ਹੀ ਬਦਲਤਾ। ਇੱਕ شریف ਬਾਪੂਆੰਗ ਬੋਲਿਆ। "ਸੁਰਿੰਦਰ ਪੁੱਤ, ਚਾਰ ਦਿਨ ਅਟਕ ਕੇ ਚਲੀ ਜਾਂਦੀ। ਮਾਂ ਤੇਰੀ ਇੱਥੇ ਨਹੀਂ ਤੇ ਵੀਰ ਤੇਰੇ ਪੜਨ ਜਾਂਦੇ ਨੇ।" ਤਾਰੇ ਦੀਆਂ ਸੁਰਖ ਅੱਖਾਂ ਦੇ ਬਾਣ ਕੁੜੀ ਦੇ ਦਿਲ 'ਚ ਖੁੱਭ ਗਏ ਖੁਸ਼ਕ ਗੁਲਾਬੀ ਬੁੱਲੀਆਂ ਤੇ ਮੌਤ ਸੁਰਖੀ ਵਾਂਗ ਜੰਮ ਗਈ ਰਿਕਸ਼ਾ ਮੋੜ ਕੇ ਤਾਰਾ ਘਰ ਆ ਗਿਆ ਸੁਰਿੰਦਰ ਦੀ ਹਾਲਤ ਪਾਣੀਓ ਪਤਲੀ ਚਿਹਰੇ ਤੇ ਪਿਲੱਤਣ ਤੇ ਦਿਲ ਕਾਉਂ ਮਾਉਂ ਪੀਲਾ ਜ਼ਰਦ ਰੰਗ ਖੜੇ ਤੇ ਰੁਕੇ ਰੁਕੇ ਸਾਹ ਜਿੱਧਰ ਵੇਖੇ ਸਾਹਮਣੇ ਮੌਤ ਖੜੀ ਦਿਸੇ ਡਰ ਨਾਲ ਭਰੀਆਂ ਅੱਖਾਂ ਅਣਜਾਣੇ ਖਤਰੇ ਦਾ ਤੌਖਲਾ ਤੇ ਆਪਣੀ ਬੇਵਸੀ ਸੱਜੇ ਪਾਸੇ ਬਾਗਵਲ ਵੇਖਿਆ ਉਦੇ ਦਿਲ ਵਾਂਗੀ ਸੁੰਨਮ ਸਾਂ ਤੇ ਤਨਹਾ ਕਬਰਾਂ ਦੀ ਖਮੋਸ਼ੀ ਮੜੀਆਂ ਅਰਗੀ ਚੋਂ ਪ੍ਰੀਖਿਆ ਜਿਵੇਂ ਥਾਂ ਤੇ ਜਾਮ ਹੋ ਗਿਆ ਹੋਵੇ ਉਹਦੀ ਹੋਸ਼ ਭਰਤੀ ਉਹ ਏ ਕੀ ਕਰ ਬੈਠੀ ਪਰ ਅੱਗੇ ਤਾਂ ਸ਼ਰਾਬੀ ਹੋਇਆ ਕਈ ਕਈ ਘੰਟੇ ਨੂੰ ਉੱਠਦਾ ਮਰਦਾ ਕਈ ਤਰ੍ਹਾਂ ਦੀਆਂ ਸੋਚਾਂ ਦੇ ਸਮੁੰਦਰ ਚ ਗੁੱਤੇ ਖਾਂਦੀ 5 ਰੁਪਏ ਸੀਟ ਤੇ ਰੱਖ ਕੇ ਮਰੀ ਜਿਹੀ ਤੋਰੇ ਘਰ ਨੂੰ ਹੋ ਤਰੇ ਛਿੰ ਪੰਗਰੀਆਂ ਸਕੀਮਾਂ ਦਾ ਬੰਨਣਾ ਤੇ ਟੁੱਟਣਾ ਕਦਮਾਂ ਦੀ ਗਿਣਤੀ ਨਾਲ ਸੋਚਾਂ ਦੀ ਲੜੀ ਦਾ ਜੁੜਨਾ ਤੇ ਵਿਖਰਨਾ ਮੌਤ ਤੋਂ ਪਹਿਲਾਂ ਹੀ ਮੌਤ ਦਾ ਅਹਿਸਾਸ ਹੋਣਾ ਘਰ ਚੋਂ ਕਤਲ ਕਾ ਦਾ ਪੁਲੇਖਾ ਪੜਨਾ ਬਥੇਰੇ ਮਨ ਨੂੰ ਹੌਸਲਾ ਦਿੱਤਾ ਤਕੜਾ ਕੀਤਾ ਪਰ ਸਾਰਾ ਸਾਰਾ ਪਰ ਸਾਰਾ ਹੌਸਲਾ ਤੇ ਦਲੇਰੀ ਘਰ ਤੋਂ ਰੇ ਉਡਾਰੀ ਮਾਰ ਗਏ ਡਿਗਦੀ ਡਿਗਦੀ ਮਸੀ ਬੱਚੀ ਕਿਚੀਚੀ ਜੀ ਵੱਟ ਕੇ ਉਹ ਗਵਾਂਡੀਆਂ ਦੇ ਘਰ ਜਾ ਵੜੇ ਤਾਰੇ ਨੂੰ ਪਤਾ ਲੱਗਾ ਤਾਂ ਉਹਦਾ ਗੁੱਸਾ ਆਪਣੀ ਚਰਮ ਸੀਮਾ ਤੇ ਜਾ ਪੁੱਜਾ ਇਹ ਉਹ ਬਰਦਾਸ਼ਤ ਨਾ ਕਰ ਸਕਿਆ ਦਬੀ ਘੁੱਟੀ ਗੱਲ ਦੇ ਪੂਰੇ ਪਿੰਡ ਚ ਫੈਲ ਜਾਣ ਦਾ ਡਰ ਸੱਚ ਹੁੰਦਾ ਲੱਗਾ ਇੱਕ ਤਕੜਾ ਹਾੜਾ ਅੰਦਰ ਸੁੱਟਿਆ ਜ਼ਿੰਦਗੀ 'ਚ ਸ਼ਾਇਦ ਪਹਿਲੀ ਵਾਰ ਉਹ ਨੀਵੀਂ ਪਾ ਕੇ ਸੋਚਣ ਲਈ ਮਜਬੂਰ ਹੋ ਗਿਆ ਪੂਰੀ ਵਾਹ ਲਾ ਕੇ ਵੀ ਉਹ ਕੁਝ ਨਾ ਸੋਚ ਸਕਿਆ ਜਿਵੇਂ ਪਾਗਲ ਹੋ ਗਿਆ ਹੋਵੇ ਦਿਮਾਗ ਦੇ ਸੈੱਲ ਮਰ ਖੱਪ ਗਏ ਹੋਣ ਕਦੋਂ ਛੋਟੇ ਮੁੰਡੇ ਪੜ ਕੇ ਆਏ ਕਦੋਂ ਹਵੇਲੀ ਗਏ ਕਦੋਂ ਸੂਰਜ ਡੁੱਬਾ ਕਦੋਂ ਸ਼ਾਮਾਂ ਪਈਆਂ ਉਹਨੂੰ ਕੋਈ ਅਹਿਸਾਸ ਨਹੀਂ ਬਸ ਉਪਿੰਦਾ ਗਿਆ ਕੁਝ ਚੰਗਾ ਸੋਚਣ ਦਾ ਯਤਨ ਕਰਦਾ ਰਿਹਾ ਉਹਦੀ ਨਜ਼ਰ ਗਲੀ ਦੇ ਦਰਵਾਜ਼ੇ ਤੇ ਕੇਂਦਰਿਤ ਹੋਈ ਰਹੀ ਖਾਓ ਪੀਓ ਵੇਲੇ ਗਵੰਡੀਆਂ ਦੀ ਨੂੰ ਸੁਰਿੰਦਰ ਨੂੰ ਛੱਡਣ ਆਈ ਕਹਿਣ ਲੱਗੀ ਜੇ ਕੁੜੀ ਨੂੰ ਕਿਹੋ ਕੁਝ ਨਾ ਤੌਤੋ ਡਰਦੀ ਨਹੀਂ ਆਈ ਬੇਸਮਝ ਹੋਈ ਬੱਚਿਆਂ ਤੋਂ ਗਲਤੀਆਂ ਹੋਈ ਜਾਂਦੀਆਂ ਨੇ ਸੁਰਿੰਦਰ ਨੂੰ ਚੌਂਕੇ 'ਚ ਬਿਠਾ ਕੇ ਉਹ ਚਲੀ ਗਈ ਤਾਰੇ ਦੀ ਜ਼ਬਾਨ ਜਿਵੇਂ ਕਾਠ ਦੀ ਬਣ ਗਈ ਹੋਵੇ ਉਹ ਖੱਤਰੀ ਔਰਤ ਨੇ ਗੁੱਸਾ ਹੋਰ ਪੜਕਾਤਾ ਪਤਾ ਨਹੀਂ ਕਿਹੜੇ ਵੇਲੇ ਉਹਦੇ ਹੱਥ ਲੋਹੇ ਦੀ ਭਾਰੀ ਰੌਡ ਆ ਗਈ। ਪੂਰੇ ਗੁੱਸੇ ਦੇ ਜ਼ੋਰ ਨਾਲ ਦੋਹਾਂ ਸੁਰਿੰਦਰ ਦੇ ਸਿਰ ਦਾ ਨਿਸ਼ਾਨਾ ਬੰਨਿਆ। ਵੱਜ ਜਾਂਦੀ ਤਾਂ ਸਿਰ ਖਰਬੂਜੇ ਵਾਂਗ ਖਖੜੀ ਕੱਕੜੀ ਹੋ ਜਾਂਦਾ। ਉਪਾਸਾ ਵੱਟ ਗਈ। ਰੌਡ ਸਾਹਮਣੇ ਕੰਧ ਨਾਲ ਵੱਜ ਕੇ ਉਹਦੀ ਖੱਬੀ ਲੱਤ ਨੂੰ ਆ ਵੱਜੀ, ਉਹ ਅੰਦਰ ਨੂੰ ਭੱਜੀ ਪਰ ਲੱਤ ਨੇ ਸਾਥ ਨਾ ਦਿੱਤਾ, ਡੜਿਆ ਕੇ ਵਿਹੜੇ 'ਚ ਸਫਾ ਡਿੱਗ ਪੀ। ਤੜਫਦੀ ਤੇ ਵਿਲਕਦੀ। ਦੋਵੇਂ ਮੁੰਡੇ ਵੀ ਉੱਚੀ-ਉੱਚੀ ਰੋਣ ਲੱਗੇ। ਤਾਰੇ ਨੇ ਦਬਕਾ ਮਾਰ ਕੇ ਚੁੱਪ ਕਰਾਇਆ। ਉਦਾ ਦਿਲ ਕੀਤਾ ਰੌਡ ਨਾਲ ਕੁੜੀ ਦਾ ਹੰਗ ਹੰਗ ਤੋੜ ਸੁੱਟੇ ਪਰ ਦੂਰ ਦੀ ਸੋਚ ਕੇ ਪਰਾਂ ਵਿਹੜੇ 'ਚ ਜਾ ਬੈਠਾ ਸੁਰਿੰਦਰ ਦੇ ਰੋਣ ਤੋਂ ਉਹਨੇ ਉਹਦਾ ਗੁੱਸਾ ਥੋੜਾ ਠੰਡਾ ਕੀਤਾ ਕੁੜੀ ਸਾਰੀ ਰਾਤ ਪੀੜ ਨਾਲ ਤੜਫਦੀ ਰਹੀ ਤਾਰਾ ਸਾਰੀ ਰਾਤ ਗੁੱਸੇ ਨੂੰ ਸ਼ਰਾਬ 'ਚ ਘੋਲਦਾ ਰਿਹਾ ਸਵੇਰੇ ਕੁੜੀ ਨੂੰ ਸ਼ਹਿਰ ਲੈ ਗਿਆ ਮਾਮੂਲੀ ਫ੍ਰੈਕਚਰ ਨਿਕਲੇ ਆ ਪਲਸਟਰ ਲਗਵਾ ਕੇ ਪਿੰਡ ਲੈ ਆਇਆ ਮਹੀਨੇ ਕੋ ਪੁੱਛੋ ਸੁਰਿੰਦਰ ਦੀ ਸੱਸ ਆ ਕੇ ਉਹਨੂੰ ਲੈ ਗਈ ਹੁਣ ਉਹ ਪਿੰਡ ਦੀ ਥਾਂ ਨਾਨਕੇ ਆਪਣੀ ਮਾਂ ਕੋਲ ਕੱਥੂ ਨੰਗਲ ਆਉਂਦੀ ਜਾਂਦੀ ਤਾਰੇ ਦਾ ਸੂਬੇਦਾਰ ਸਾਲਾ ਫੌਜ ਤੋਂ ਪੈਨਸ਼ਨ ਆ ਗਿਆ ਭੈਣ ਦਾ ਦੁੱਖ ਜਰ ਨਾ ਸਕਿਆ ਜ਼ਮੀਨ ਵੱਖਰੀ ਜਾਂਦੀ ਲੱਗੀ ਉਹਨੇ ਭਰਾਵਾਂ ਨਾਲ ਤਾਰੇ ਦਾ ਫਸਤਾ ਵਧਣ ਦੀ ਸਕੀਮ ਬਣਾਈ ਉੰਜ ਤਾਂ ਤਾਰੇ ਦੇ ਅੜਬ ਪੁਨੇ ਤੇ ਗੁੱਸੇ ਤੋਂ ਸਾਰੇ ਚਾਲੂ ਸਨ ਪਰ ਸਭ ਤੋਂ ਵੱਡਾ ਖਤਰਾ ਉਹਦਾ ਬਲੈ ਤੀਰ ਰਵਲਵਰ ਸੀ ਉਹਨਾਂ ਸਲਾਹ ਕੀਤੀ ਜੇਕਰ ਕਿਸੇ ਤਰ੍ਹਾਂ ਉਹਦਾ ਹਸਲਾ ਕਾਬੂ ਕਰ ਲਿਆ ਜਾਏ ਉਹ ਵੱਲ ਵਿੱਚ ਆ ਸਕਦਾ ਹੈ ਸੋਚ ਵਿਚਾਰ ਕੇ ਉਹਨਾਂ ਨੇ ਇੱਕ ਚਾਲ ਚਲੀ ਜਿਸ ਅਨੁਸਾਰ ਸ਼ਰੀਕਾਂ ਨੇ ਤਾਰੇ ਨਾਲ ਨਜਾਇਜ਼ੀ ਝਗੜਾ ਕਰਤਾ ਪਰਚਾ ਹੋਇਆ ਪੁਲਿਸ ਨੇ ਦੋਵੇਂ ਧਿਰਾਂ ਅੰਦਰ ਡੱਕਤੀਆਂ ਦੋ ਦਿਨ ਜ਼ਮਾਨਤ ਨਾ ਹੋ ਸਕੇ ਅਗਲਿਆਂ ਰਿਸ਼ਵਤ ਦੇ ਕੇ ਸਭ ਕੁਝ ਕਰ ਕਰਾ ਲਿਆ ਤਾਰੇ ਨੂੰ ਸੂਹ ਤੱਕ ਨਾ ਲੱਗਣ ਦਿੱਤੇ ਤਾਰੇ ਦੀ ਗੈਰ ਹਾਜ਼ਰੀ 'ਚ ਰਾਮਕੌਰ ਫੌਰੀ ਭਰਾ ਨੂੰ ਲੈ ਕੇ ਰਾਤ ਨੂੰ ਪਿੰਡ ਪੁੱਜੀ ਰੋਟੀ ਖਵਾ ਕੇ ਮੁੰਡੇ ਸਵਾਤੇ ਰਿਵਾਲਵਰ ਤੇ ਪੈਸਾ ਤੇ ਲਾ ਕਾਬੂ ਕੀਤੇ ਤੇ ਦਿਨ ਚੜ੍ਹਨੋਂ ਪਹਿਲਾਂ ਪਰਤ ਗਈ ਆਪਣੇ ਹੀ ਘਰ ਡਾਕਾ ਮਾਰ ਕੇ ਪਤਾ ਸੀ ਉਹਨੂੰ ਕਿੱਥੇ ਲੁਕਾਉਂਦਾ ਰਵਾਲਵਰ ਤਾਰਾ ਤੀਜੇ ਦਿਨ ਤਾਰੇ ਦੀ ਜ਼ਮਾਨਤ ਹੋਈ ਡੂੰਗੇ ਨੇਰੇ ਪਏ ਸਾਰੀ ਟਾਣੀ ਸ਼ਰਾਬੀ ਹੋਈ ਪਿੰਡ ਪੁੱਜੀ ਬੱਕਰੇ ਬਲਾਉਂਦੀ ਖੌਰੂ ਪਾਉਂਦੀ ਤਾਰਾ ਪਹਿਲਾਂ ਹਵੇਲੀ ਗਿਆ ਦੋਵੇਂ ਮੁੰਡੇ ਖਾ ਪੀ ਕੇ ਤਾਈ ਕੋਲ ਸੁੱਤੇ ਵਿਖੇ ਤਾਂ ਹੌਸਲਾ ਹੋਇਆ ਪਰਜਾਈ ਕੋਲੋਂ ਖਾਣ ਪੀਣ ਦਾ ਸਮਾਨ ਲੈ ਕੇ ਉੱਚਾਰੇ ਚੜ ਗਏ ਅੱਧੀ ਰਾਤ ਤੱਕ ਪੀਂਦੇ ਤੇ ਵਿਰੋਧੀਆਂ ਨਾਲ ਨਿਬੜਨ ਦੀਆਂ ਸਕੀਮਾਂ ਘੜਦੇ ਰਹੇ ਹੌਲੀ-ਹੌਲੀ ਸਾਰੇ ਚਲੇ ਗਏ ਆਪਣੇ ਘਰਾਂ ਨੂੰ ਤਾਰਾ ਵੀ ਘਰ ਵੱਲ ਤੁਰ ਪਿਆ ਜਗ ਜੰਦਰਾ ਬੱਜਾ ਵੇਖ ਕੇ ਉਹਦਾ ਮਨ ਬੜਾ ਭੜਾ ਪਿਆ ਉਜਾੜ ਠੱਠੇ ਖੋਲਿਆਂ ਵਰਗਾ ਘਰ ਦੀਵਾ ਨਾ ਬੱਤੀ ਰੌਣਕ ਨਾ ਖੇੜਾ ਕੰਧ ਟੱਪ ਕੇ ਅੰਦਰ ਗਿਆ ਟੋਟਾ ਕੇ ਬੱਲਬ ਜਗਾਇਆ ਅੰਦਰ ਦੀ ਹਾਲਤ ਵੇਖ ਕੇ ਘਬਰਾ ਗਿਆ ਦੂਜੇ ਕਮਰੇ ਚ ਗਿਆ ਤਾਂ ਉਹਦੀ ਹਾਲਤ ਹੋਰ ਵੀ ਭੈੜੀ ਸ਼ਰਾਬ ਦਾ ਨਸ਼ਾ ਕਰਨ ਕਰਕੇ ਲਹਿ ਗਿਆ ਘਰ ਚ ਜਿਵੇਂ ਭੂਤ ਨੱਚਦੇ ਰਹੀ ਹੁਣ ਹਰ ਚੀਜ਼ ਉਲਟ ਪੁਲਟ ਕੱਪੜੇ ਖਿਲਰੇ ਪੇਟੀਆਂ ਟਰੰਕ ਖੁੱਲੇ ਰੁਪਏ ਸੋਨਾ ਸਭ ਗਾਇਬ ਹੋ ਤੇ ਹੋਸ਼ ਅਵਾਸ ਉੱਡ ਗਏ ਚਾਨਕ ਪਿਸਤੌਲ ਦਾ ਧਿਆਨ ਆਇਆ ਦੌੜ ਕੇ ਡੰਗਰਾਂ ਵਾਲੇ ਅੰਦਰ ਗਿਆ ਫੋਲਾ ਫਾਲੀ ਕੀਤੀ ਫਿਰ ਟਾਰਚ ਨਾਲ ਵੇਖਿਆ ਪਰ ਰਿਵਾਲਵਰ ਨਾ ਮਿਲਿਆ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਾਰੇ ਪਿੰਡ ਨੂੰ ਮੱਝਾਂ ਗਾਈਆਂ ਵਾਂਗ ਅੱਗੇ ਲਾ ਲੈਣ ਵਾਲੇ ਤਾਰੇ ਨੇ ਅੱਜ ਪਹਿਲੀ ਵਾਰ ਆਪਣੇ ਆਪ ਨੂੰ ਬੇਆਸਰਾ ਤੇ ਬੋਣਾ ਮਹਿਸੂਸ ਕੀਤਾ ਉਹ ਥਾਂ ਤੇ ਬੈਠ ਗਿਆ ਦਿਲ ਨੂੰ ਹੌਲ ਪੈ ਪੈ ਜਾਣ ਉਹਦੀ ਪਤਨੀ ਉਹਦੀ ਜਾਨ ਚੋਰੀ ਕਰਕੇ ਲੈ ਗਈ ਰਿਵਾਲਵਰ ਦੇ ਟਿਕਾਣੇ ਦਾ ਉਹਦੀ ਪਤਨੀ ਨੂੰ ਹੀ ਕੇਵਲ ਪਤਾ ਸੀ ਲੰਮੀ ਚੌੜੀ ਖਾਨਦਾਨੀ ਦੁਸ਼ਮਣੀ 'ਚ ਰਿਵਾਲਵਰ ਉਹਦਾ ਰੱਬ ਸੀ ਬੜਾ ਵੱਡਾ ਸਹਾਰਾ ਤਕੜਾ ਅਸਰ ਹੌਸਲਾ ਕਰਕੇ ਉੱਠਿਆ ਡੇਕ ਦੇ ਮੁੱਢੋਂ ਬੋਤਲ ਪੁੱਟੀ ਪਾਣੀ ਵਾਲਾ ਜੱਗ ਲੈ ਕੇ ਅੰਦਰ ਜਾ ਬੈਠਾ ਬਾਹਰ ਬੈਠਣ ਜੋਗਾ ਜਿਵੇਂ ਰਹੀ ਨਾ ਹੋਵੇ ਲੋਕਾਂ ਦੇ ਉਂਗਲਾਂ ਕਰਨ ਦਾ ਭਰਮ ਹੋ ਗਿਆ ਕਹਿਰਾਂ ਦੀ ਗਰਮੀ ਵਿੱਚ ਵੀ ਠੰਡਾ ਸੀਤ ਜਿਸਮ ਇੱਕੋ ਵਾਰੀ ਅੱਧੀ ਬੋਤਲ ਅੰਦਰ ਸੁੱਟ ਲਈ ਪਹਿਲੇ ਤੋੜ ਦੀ ਦਹੀਂ ਵਰਗੀ ਸੰਘਣੀ ਸ਼ਰਾਬ ਵੀ ਪਾਣੀ ਲੱਗੀ ਸੁੱਕੀ ਪੀਵੀ ਜਾਵੇ ਸੋਚੀ ਜਾਵੇ ਪਰ ਸਮਝ ਕੁਛ ਨਾਵੇ ਨਾ ਮਸਲੇ ਦਾ ਕੋਈ ਹੱਲ ਲੱਭੇ ਤੇ ਘਟਨਾਵਾਂ ਜਿਵੇਂ ਮੱਲੋ ਜਰੀ ਵਾਪਰ ਗਿਆ ਹੁਣ ਜਿਨ੍ਹਾਂ ਨੇ ਤਾਰੇ ਨੂੰ ਇੱਕ ਖਤਰਨਾਕ ਮੋੜ ਤੇ ਲਿਆ ਖੜਾ ਕੀਤਾ ਜਿੱਥੇ ਜ਼ਿੰਦਗੀ ਦਾ ਹਰ ਪਲ ਗੁੰਝਲਾਂ ਦੀ ਉਲਜੀ ਤਾਣੀ ਵਾਂਗ ਖਿਲ ਰਿਆ ਪਿਆ ਹੋਵੇ ਪਿਲਚ ਗਿਆ ਹੋਵੇ ਪਾਣੀ ਵਿੱਚ ਖੁੱਲੀ ਤੂੜੀ ਦੀ ਢੰਡ ਵਾਂਗ ਸਾਰੀ ਰਾਤ ਲੰਘ ਗਈ ਨਾ ਉਹ ਸ਼ਰਾਬੀ ਹੋਇਆ ਨਾ ਸੋਤਾ ਤੜਕੇ ਉੱਠ ਕੇ ਬਾਹਰ ਚਲਾ ਗਿਆ ਕਈ ਸਾਲਾਂ ਪਿੱਛੋਂ ਅੱਜ ਪਹਿਲੀ ਵਾਰ ਉਹਨੂੰ ਯਾਰਾਂ ਦੇ ਨਾਲ ਹੁੰਦਿਆਂ ਵੀ ਸ਼ਰੀਕਾਂ ਦਾ ਡਰ ਪਾਸਨ ਲੱਗਾ। ਸਵੇਰ ਦੀ ਠੰਡੀ ਤਾਜ਼ੀ ਹਵਾ ਨੇ ਵੀ ਕੋਈ ਕਾਟ ਨਾ ਕੀਤੀ। ਬੇਚੈਨੀ ਹੋਰ ਵਧੇ ਗਈ ਅਚ ਵੀ ਜੀ ਲੱਗ ਗਈ। ਲੋਹੇ ਦੇ ਨਿੱਕੇ ਜਿਹੇ ਪੁਰਜੇ ਦਾ ਉਹਨੂੰ ਮਰੇ ਪੁੱਤਰ ਜਿੰਨਾ ਗਮ ਲੱਗਾ। ਸੋਚਣ ਲੱਗਾ ਹਥਿਆਰ ਬਿਨਾਂ ਕਾਹਦਾ ਜਿਉਣਾ। ਕੋਲ ਹੋਵੇ ਤਾਂ ਸਾਰਾ ਇਲਾਕਾ ਅੱਗੇ ਲਾ ਲਈਦਾ। ਹੁਣ ਭਾਵੇਂ ਮੈਨੂੰ ਕੋਈ ਟੇਮਾ ਨਾਲ ਹੀ ਮਾਰ ਸੁੱਟੇ। ਹਥਿਆਰ ਦੀ ਬੜੀ ਮਹੱਤਤਾ ਹੈ ਦੁਸ਼ਮਣੀ ਵਾਲੇ ਦੀ ਜ਼ਿੰਦਗੀ ਵਿੱਚ। ਪਾਰੀ ਦੁਚਿੱਤੀ ਵਿੱਚੋਂ ਆਪਣੇ ਯਾਰ ਜੈਲੇ ਦੇ ਘਰ ਜਾ ਵੜਿਆ ਉਹ ਤੜਕੇ ਹੀ ਬੋਤਲ ਖੋਲ੍ਹ ਕੇ ਬਹਿ ਗਏ ਹਥਿਆਰ ਮਿਲ ਜਾਣ ਦੀ ਵੱਡੀ ਆਸ ਦੇ ਅਨੁਸਾਰੇ ਗਿਲੇ ਸ਼ਿਕਵੇ ਭੁੱਲ ਗਿਆ ਵੱਡਾ ਧੋਖਾ ਖਾ ਗਿਆ ਸਾਲਿਆਂ ਨਾਲ ਪਾਏ ਪੰਗੇ ਵਿਸਾਰ ਬੈਠਾ ਘਰ ਵਾਲੀ ਤੇ ਧੀ ਨਾਲ ਕੀਤੇ ਦੁਰਵਿਹਾਰ ਨੂੰ ਆਪਣਾ ਹੱਕ ਸਮਝਣ ਲੱਗਾ ਸਾਰੇ ਜਾਣ ਦਾ ਮਨ ਬਣਾ ਲਿਆ ਮੈਂ ਤਿਆਰੀ ਕਰ ਰਿਹਾ ਸੀ ਪਾਰ ਜਾਣ ਦੀ ਸੀਮਾ ਨੂੰ ਮਿਲਣ ਲਈ 4 ਵਜੇ ਉਹ ਮੇਰੇ ਕੋਲ ਆ ਗਿਆ ਯੂਨੀਵਰਸਿਟੀ ਹੁਲੀਆ ਵਿਗੜਿਆ ਸਾਫ ਸੁਥਰੇ ਕੱਪੜੇ ਹੋਏ ਪਏ ਵੱਟੋ ਵੱਟ ਨਸ਼ੇ ਨਾਲ ਗੁੱਟ ਪਰ ਹੋਸ਼ ਪੂਰੀ ਅੱਖਾਂ ਚ ਖੂਨ ਸਿੰਮਦਾ ਮੈਂ ਚਾਹ ਰੋਟੀ ਵੱਲੋਂ ਪੁੱਛਿਆ ਉਹ ਹੋਕਾ ਭਰ ਕੇ ਬੋਲਿਆ ਨਿੰਮੇ ਇੱਕ ਜ਼ਰੂਰੀ ਕੰਮ ਪੈ ਗਿਆ ਤੂੰ ਮੇਰੇ ਨਾਲ ਚੱਲ ਬਸ ਜਾਣ ਆਉਣੀ ਕਰਨਾ ਚਾਹ ਛੱਡ ਚਾਹ ਘੁੱਟ ਲਾਉਣੇ ਆ ਚੱਲ ਘੁੱਟ ਲਾਉਣੇ ਅੱਡੇ ਤੇ ਜਾ ਕੇ ਪਰ ਗੱਲ ਹੈ ਕਿ ਮੈਨੂੰ ਵੀ ਪਤਾ ਲੱਗੇ ਮੈਂ ਹਕੀਕਤ ਜਾਣਣੀ ਚਾਹ ਮੈਨੂੰ ਉਹਦੇ ਕਿਸੇ ਨਾਲ ਲੜ ਝਗੜ ਕੇ ਆਏ ਹੋਣ ਦਾ ਡਰ ਹੁੰਦਾ ਮੇਰੇ ਸਹਰੇ ਜਾਣੇ ਫੇਰ ਤੂੰ ਮੈਨੂੰ ਝੂਠਾ ਆਖਣਾ ਹੁੰਨਾ ਓਹ ਬਲਾਕ ਕਿਤੇ ਮੇਰੇ ਅੰਦਰ ਹੋਏ ਤੇ ਉਹ ਪਿੱਛੇ ਆਈ ਭਰਾ ਨੂੰ ਲੈ ਕੇ ਸਭ ਕੁਝ ਲੈ ਗਈ ਹੁੰਜ ਕੇ ਚਿਹਰੇ ਦੀ ਪਲਤਣ ਹੋਰ ਹੋ ਗਈ ਗਾੜੀ ਮੈਂ ਚੁੱਪ ਸੋਚੀ ਪੈ ਗਿਆ ਬੰਦਾ ਨਾ ਕਰਨ ਵਾਲਾ ਵੀ ਨਹੀਂ ਹੁੰਦਾ ਅਸਲ ਚ ਉਹਨਾਂ ਦੇ ਬਹੁਤ ਜ਼ਿਆਦਾ ਉਲਝੇ ਗੇ ਰਿਸ਼ਤੇ ਤੋਂ ਮੈਂ ਅਨਜਾਨ ਸੀ ਅਪੇਝ ਸੀ ਸੋਚਿਆ ਚਲਾ ਜਾਣਾ ਦੋ ਤਿੰਨ ਘੰਟੇ ਲੱਗ ਜਾਣਗੇ ਸ਼ਾਮ ਤੱਕ ਵਾਪਸ ਆਜਾਂ ਖੋਰੇ ਦੇ ਸਾਲੇ ਮੇਰੀ ਕੁਝ ਸ਼ਰਮ ਕਰ ਹੀ ਲੈਣ ਰਿਵਾਲਵਰ ਦੇ ਦੇਣ ਮੈਂ ਉਹ ਤੋਂ ਚੋਰੀ ਕਿਤਾਬਾਂ ਪਿੱਛੋਂ ਰਿਵਾਲਵਰ ਕੱਢ ਕੇ ਡੱਬ 'ਚ ਦੇ ਲਿਆ। ਰਾਜ ਮੈਨੂੰ ਉਹ ਦੱਸਦਾ ਗਿਆ ਇੰਨੇ ਪੈਸੇ ਲੈ ਗਏ ਪਿਸਤੌਲ ਲੈ ਗਈ ਮੇਰੇ ਮੈਨੂੰ ਸੋਨੇ ਪੈਸੇ ਦਾ ਉੱਕਾ ਚੋਰਾ ਨਹੀਂ ਬਸ ਪਿਸਤੌਲ ਮੇਰੀ ਜਾਨ ਹੈ ਆਪਾਂ ਲੈ ਆਉਣਾ ਮਿੱਠੇ ਪਿਆਰੇ ਬਣ ਕੇ ਅੱਡੇ ਤੋਂ ਉਤਰ ਕੇ ਤਾਰਾ ਅੱਗੇ ਮੈਂ ਪਿੱਛੇ ਫਰਲਾਂਗ ਜਾ ਕੇ ਇੱਕ ਗਲੀ 'ਚ ਬੜੇ ਪਹਿਲਾਂ ਘਰੀ ਉਹਦਾ ਸਹੁਰਿਆਂ ਦਾ ਸੀ ਗੇਟ ਖੜਕਾ ਕੇ ਅੰਦਰ ਲੰਘ ਗਏ ਕਥੂ ਨੰਗਲ ਤਾਰੇ ਦਾ ਸਹਰਾ ਕਰ ਤਾਰੇ ਬੜੇ ਹੰਮੇ ਨਾਲ ਗਿਆ ਹੁੰਦਾ ਯਕੀਨ ਕਰ ਲਿਆ ਕਿ ਮੰਗਿਆਂ ਹੀ ਉਹਦਾ ਸਾਲਾ ਰਿਵਾਲਵਰ ਦੇ ਦੋ। ਰਾਮਕੌਰ ਆਖਰ ਉਹਦੀ ਪਤਨੀ ਅੱਗੇ ਸੁਰਿੰਦਰ ਵੀ ਆਈ ਹੋਈ। ਤਾਰੇ ਨੂੰ ਥੋੜਾ ਹੌਸਲਾ ਹੋਇਆ ਸਮਝ ਬੈਠਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਉਹਦੀ ਲੋੜ ਨੇ ਨਰਾਜ਼ਗੀ ਤੇ ਸਭ ਟੋਏ ਟਿੱਬੇ ਬਰਾਬਰ ਕਰ ਦਿੱਤੇ। ਕੋਈ ਹਿਰਕ ਤੇ ਗਿਲਾਸ਼ਿਕਵਾ ਨਾ ਰਹਿਣ ਦਿੱਤਾ। ਬੇਖੌਫ ਤੇ ਬੇਪਰਵਾਹ ਹੋ ਗਿਆ। ਸੁਰਿੰਦਰ ਨੇ ਮੈਨੂੰ ਸਾਸਰੀ ਕਾਲ ਬੁਲਾਈ ਤੱਕਿਆ ਪਿਆਰ ਨਾਲ ਬੜੇ ਮੋਹ ਤੇ ਵੇਗ ਨਾਲ ਸੁੰਦਰਤਾ ਲੱਗੀ। ਮੱਧਮ ਤੇ ਖੁਰੀ ਖੁਰੀ ਅਸੀਂ ਬੈਠਕ ਚ ਬੈਠ ਗਏ ਤਾਰਾ ਮੰਝੇ ਤੇ ਤੇ ਮੈਂ ਕੁਰਸੀ ਤੇ ਤਾਰੇ ਨੇ ਪੱਗ ਲਾ ਕੇ ਮੇਜ਼ ਤੇ ਰੱਖਤੀ ਕਰਾਰੀ ਬਾਚ ਬੋਲਿਆ ਪੁੱਤ ਪਾਣੀ ਲਿਆ ਘੁੱਟ ਬੋਤਲ ਉਸ ਮੰਝੀ ਹੇਠ ਰੱਖਤੀ ਇਹ ਉਹਨੇ ਆਉਂਦਿਆਂ ਖਰੀਦੀ ਸੀ ਦੋ ਦੋ ਪੈਗ ਮਾਰ ਕੇ ਆਏ ਹੋਏ ਕਿੰਨਾ ਚਿਰ ਪਾਣੀ ਕਿਸੇ ਨਾ ਦਿੱਤਾ ਸਮਝਿਆ ਸ਼ਰਬਤ ਬਣਾ ਰਹੇ ਹੋਣਗੇ ਘੜੀ ਪਲ ਕੋਈ ਨਾ ਆਇਆ ਰਸੋਈ ਵੱਲੋਂ ਕੁਸਰਮੋਸਰ ਦੀ ਹਲਕੇ ਜੀ ਆਵਾਜ਼ ਆਈ ਪੱਖੇ ਦਾ ਖੜਕਾ ਖਾਈ ਜਾਂਦਾ ਕਨਸੂਆਂ ਨੂੰ ਹੌਲੀ ਹੌਲੀ ਤੁਰਦੀ ਸੁਰਿੰਦਰ ਆਈ ਬੈਠਕ ਦੇ ਬਾਹਰ ਹੀ ਕਹਿੰਦੀ ਨਿਰਮਲ ਇੱਕ ਮਿੰਟ ਗੱਲ ਸੁਣੀ ਮੈਂ ਤਾਰੇਵਲ ਝਾਕਿਆ ਉਸ ਚਲੇ ਜਾਂਦਾ ਇਸ਼ਾਰਾ ਕੀਤਾ ਮੈਂ ਉੱਠ ਕੇ ਸੁਰਿੰਦਰ ਕੋਲ ਗਿਆ ਉਹ ਇੱਕ ਪਾਸੇ ਹਟਵੇਂ ਬਣੇ ਕਮਰੇ ਚ ਲੈ ਗਈ ਅੰਦਰ ਉਹ ਬੜਦੀ ਬੋਲੀ ਨਿਮੇ ਮੈਂ ਅੱਜ ਵੀ ਤੈਨੂੰ ਦਿਲੋਂ ਪਿਆਰ ਕਰਦੀ ਆਂ ਐਰੇ ਗੈਰੇ ਨੂੰ ਆਪ ਨਹੀਂ ਆਪਾਂ ਨਹੀਂ ਸੌਂਪ ਦਿੰਦੀ ਉਹ ਤਾਂ ਵਿਆਹ ਦੇ ਮਹੀਨਾ ਮਗਰੋਂ ਹੀ ਚਲਾ ਗਿਆ ਅਮਰੀਕਾ ਇਹ ਕੋਈ ਪਿਆਰ ਜਾਂ ਇਸ਼ਕ ਨਹੀਂ ਸੀ ਉਹ ਤਾਂ ਅੱਗ ਦੀ ਨਦੀ ਸੀ ਖੌਰੂ ਪਾਉਂਦੀ ਠਾਠਾ ਮਾਰਦੀ ਉਹ ਮਰਦ ਭੁੱਖ ਨਾਲ ਉੱਛਲ ਰਹੀ ਸੀ ਕੰਡਿਆਂ ਤੋਂ ਬਾਹਰ ਹੋ ਹੋ ਜਾਂਦੀ ਉਹ ਹੱਡ ਦੇ ਦੁਫੇੜਿਆਂ ਨਾਲ ਸੜ ਰਹੀ ਸੀ ਮੈਨੂੰ ਸੜਨ ਲਈ ਵੰਗਾਰ ਰਹੀ ਸੀ ਪਰ ਮੈਂ ਤਾਂ ਲੂਸ ਚੁੱਕਾ ਸੀ ਪਹਿਲਾਂ ਹੀ ਇਸ ਅਗਨੀ ਦੇ ਸੇਕ ਨਾਲ ਮਸੀ ਹੋਇਆ ਸਰਾਜੀ ਤੇ ਹੁਣ ਤੱਕ ਵੰਗਾਰ ਰਹੀ ਸੀ ਪਰ ਹੁਣ ਮੈਂ ਆਪਾ ਸੰਭਾਲ ਲਿਆ ਸੀ ਭੰਨਣ ਲਈ ਮੇਰੇ ਕੱਕਰ ਦੀ ਠਾਰ ਮੇਰੀ ਅੱਗ ਤਾਂ ਬੈਠੀ ਸੀ 라ਵੀਓਂ ਪਾਰ ਉਹ ਬੜੀ ਸੈਮੀ ਹੋਈ ਲੱਗੀ ਮੇਰੀ ਛਾਤੀ ਨਾਲ ਸਿਰ ਲਾ ਕੇ ਬੜੀ ਗੰਭੀਰ ਹੋ ਕੇ ਬੋਲੀ ਨਿਮੇ ਮੈਂ ਇੱਕ ਗੱਲ ਕਹਿਣ ਲੱਗੀ ਹਾਂ ਗੁੱਸਾ ਨਹੀਂ ਕਰਨਾ ਤੂੰ ਫੌਰੀ ਇੱਥੋਂ ਚਲਾ ਜਾ ਮਾਮੇ ਬੜੇ ਗੁੱਸੇ 'ਚ ਨੇ ਟਲ ਦਾ ਪਾਪਾ ਵੀ ਨਹੀਂ ਹੋ ਸਕਦਾ ਝਗੜਾ ਹੋ ਜੇ ਪੁਲਿਸ ਕੇਸ ਬਣੇ ਦੋਵੇਂ ਤਿਹਰਾ ਤੈਨੂੰ ਬੁਲੇਟਣਗੇ ਮੇਰੀ ਕੋਈ ਪੇਸ਼ ਨਹੀਂ ਜਾਣੀ ਫੇਰ ਪਾਪੇ ਨਾਲ ਕਰ ਕੋਈ ਹੇਰ ਫੇਰ ਮੈਂ ਸੱਚ ਆਖਨੀ ਆ ਤੂੰ ਮੇਰਾ ਪਿਆਰਾ ਦੋਸਤ ਹੈ ਜੱਟ ਨਹੀਂ ਵੇਖਦੇ ਅਨਪੜ ਜਾਂ ਪੜਿਆ ਮੈਂ ਤੈਨੂੰ ਸਾਈਕਲ ਤੇ ਛੱਡ ਆਉਣੀ ਆ ਬੱਸ ਸਟੈਂਡ ਤੇ ਤੇ ਤੂੰ ਛੇਤੀ ਖਿਸਕ ਕੇ ਥੂੰ ਝਖੜ ਝੁੱਲਣੀ ਵਾਲਾ ਬੋਲਾਂ 'ਚ ਗਹਿਰਾ ਡਰ ਸੀ ਉਹਦੀ ਕਾਲੀ ਤੇ ਥੜਕਣ ਵੇਖ ਕੇ ਮੇਰੇ ਹੋਸ਼ ਉੱਡ ਗਏ ਉਹ ਮੇਰੇ ਨਾਲ ਕਦੇ ਝੂਠ ਨਹੀਂ ਬੋਲ ਸਕਦੀ ਸੀ ਮੈਂ ਤਾਰੇ ਨੂੰ ਆਖਿਆ ਸਰندر ਨਾਲ ਬਾਜ਼ਾਰ ਜਾਵਾਂ ਉਸ ਕਹੇ ਜਾ ਪਰ 체ਤੀ ਆ ਜਾਈ ਸਰندر ਨੇ ਸਾਈਕਲ ਮੈਨੂ ਫੜਾਤਾ ਆਪ ਪਿੱਛੇ ਬੈਠ ਗਈ ਮੇਰੇ ਨਾਲ ਕਸਰ ਕੇ ਮੈਂ ਡੂੰਘੇ ਅੰਸੋਚਾਂ ਚ ਗਵਾਚਾ ਹੋਇਆ ਮੈਨੂੰ ਤਾਂ ਦਿਸਣੋਂ ਹਟਦਾ ਜਾਵੇ ਨਾਲ-ਨਾਲ ਸੋਚੀ ਜਾ ਰਿਹਾ ਉਹਦੀ ਪਤਨੀ ਹੈ ਉੱਥੇ ਅਕਸਰ ਉਹਨਾਂ ਦਾ ਜਵਾਈ ਹੈ ਜਾਨੋ ਥੋੜਾ ਮਾਰ ਦੇਣਗੇ ਝਗੜ ਵੀ ਪਈ ਤਾਰਾ ਉਹਨਾਂ ਤੋਂ ਘਟ ਨਹੀਂ ਹੈਗਾ ਪਰ ਹੈ ਤਾਂ ਇਕੱਲਾ ਨਾ ਹਥਿਆਰ ਤਾਂ ਮੇਰੇ ਕੋਲੇ ਵਾਪਸ ਨਾ ਪਰਤ ਜਾ ਪਰ ਸੁਰਿੰਦਰ ਕੀ ਝੂਠ ਬੋਲਦੀਏ ਨਹੀਂ ਉਹ ਮੇਰੇ ਨਾਲ ਧੋਖਾ ਨਹੀਂ ਕਰ ਸਕਦੀ ਵੱਤ ਤੋਂ ਵੱਤ ਤਾਰਾ ਨਰਾਜ਼ ਹੋ ਜਾਊ ਕਹ ਦੇਾਂਗਾ ਕੁਝ ਖਾਸ ਸੱਜਣ ਮਿਲ ਗਈ ਸੀ ਉਹ ਧੱਕੋ ਧੱਕੀ ਨਾਲ ਲੈ ਗਈ ਤੈਨੂੰ ਇਕੱਲੇ ਨੂੰ ਸਹਰਿਆਂ ਤੋਂ ਕਾਹਦਾ ਡਰ ਸੀ ਸੁਰਿੰਦਰ ਆਪਣੀ ਜਵਾਨੀ ਤੇ ਲੱਗੇ ਦਾਗ ਖਰੋਚੀ ਗਈ ਨਿਵੇਂ ਸਾਥੀ ਨਹੀਂ ਮਿਲਿਆ ਰੂਦਾ ਤੂੰ ਵੀ ਨਖੁੱਟ ਗਿਓ ਮੈਂ ਤਾਂ ਸੁੱਚੀ ਦੇ ਤੇਰੇ ਹਵਾਲੇ ਕਰਦੀ ਸੀ ਉਹ दारू ਪੀ ਕੇ ਪਿਆਰ ਹੁੰਦਾ ਮੇਰੇ ਕੋਲ ਤਾਂ ਕਦੇ ਕਦਾਈ ਆਉਂਦਾ ਰਿਆ ਨਾ ਮਰਦ ਜਿਹਾ ਤੇ ਹੁਣ ਚਲਾ ਗਿਆ ਅਮਰੀਕਾ ਤਿੰਨ ਮਹੀਨੇ ਹੋ ਗਏ ਖੌਰੇ ਕਦੋਂ ਆਏ ਜਾਂ ਮੈਨੂੰ ਉਧਰ ਕਦੋਂ ਸੱਦੇ ਜਵਾਨੀ ਗਾਲਤੀ ਮੇਰੇ ਪਿਓ ਕੰਜਰ ਨੇ ਉਹਦੇ ਸੁਪਨਾਈ ਨੈਣ ਭਰੇ ਹੋਏ ਗੁੱਸੇ ਦੀ ਲਾਲੀ ਨਾਲ ਚੱਲ ਛੱਡੇ ਦੱਸ ਭਾਉ ਨਾਲ ਕੁਝ ਮਾੜਾ ਤਾਂ ਨਹੀਂ ਗੁਜਰੂ ਮੈਂ ਵੱਡੇ ਫਿਕਰ ਨਾਲ ਪੁੱਛਿਆ ਇਹ ਤਾਂ ਉਹੀ ਜਾਣਨ ਮੈਂ ਤਾਂ ਨਿੰਮੇ ਸਗੋਂ ਲਕੋ ਫਾਹੇ ਆਈ ਹੋਈਆਂ अच्छा तू छेती बस ਫੜ ਸੁਰਿੰਦਰ ਦੇ ਚਿਹਰੇ ਤੇ ਅਜੇ ਵੀ ਖੋਫ ਸੀ ਡਰ ਦੀ ਡੂੰਗੀ ਪਰਤ ਜੰਮੀ ਹੋਈ ਸੀ ਮੇਰਾਸਤਾ کریم ਵਾਂਗ ਚਿਪਕੀ ਹੋਈ ਮੈਂ ਦੌੜ ਕੇ ਬੱਸੇ ਚੜ ਗਿਆ ਸੁਰਿੰਦਰ ਮੈਨੂੰ ਆਉਣ ਦੀ ਪੱਕੀ ਕਰਦੀ ਚਲੀ ਗਈ ਪਲ ਦੀ ਪਲ ਹਲਕਾ ਜਿਹਾ ਮੈਂ ਪੈ ਗਿਆ ਚਲੇ ਜਾਣਾ ਤਾਰੇ ਨੂੰ ਦੱਸੇ ਬਗੈਰ ਦੋਸਤ ਨੂੰ ਧੋਖਾ ਦੇਣ ਵਰਗੀ ਗੱਲ ਲੱਗੀ ਪਰ ਪੇਪਰਾਂ ਦੇ ਫਿਕਰ ਨੇ ਦੱਬ ਲਿਆ ਇਸ ਸੋਚ ਨੂੰ ਸੁਰਿੰਦਰ ਦੀ ਦਲੀਲ ਹੁੰਦੀ ਏ ਬੜੀ ਠੋਸ ਮੈਂ ਤਰਕ 'ਤੇ ਤਰਕ ਦੇ ਚੱਕਰ 'ਚ ਪੈ ਗਿਆ ਸੋਚਿਆ ਜੇ ਫਸ ਗਿਆ ਝਗੜੇ 'ਚ ਪੈ ਗਿਆ ਪੰਗਾ ਪੁਲਿਸ ਨਾਲ ਫੇਰ ਨਹੀਂ ਪੇਪਰ ਦੇ ਹੁਣ ਜਾਇਆ ਨਹੀਂ ਜਾਣਾ ਸੀਮਾ ਕੋਲ ਝੂਠਾ ਪੈਜੂ ਵਚਨ ਕੀ ਖਤਰਾ ਹੋ ਸਕਦਾ ਉਹਨੂੰ ਸਾਲਿਆਂ ਤੋਂ ਖੁਦ ਨੂੰ નિર્ਦੋਸ਼ ਸਾਬਤ ਕਰਦਾ ਯੂਨੀਵਰਸਿਟੀ ਪਹੁੰਚ ਗਿਆ ਮੇਰੇ ਆਉਣ ਤੋਂ ਪਿੱਛੋਂ ਸੁਰਿੰਦਰ ਜਦੋਂ ਘਰ ਗਈ ਤਾਰਾ ਪੀ ਰਿਆ ਸੀ ਸੁਰਿੰਦਰ ਨੂੰ ਵੇਖ ਕੇ ਕਹਿੰਦਾ ਪੁੱਤ ਸ਼ਰਬਤ ਬਣਾ ਕੇ ਲਿਆ ਪਿਆਸ ਨਹੀਂ 부ਝਦੀ ਨਾਲੇ ਤੇਰੇ ਮਾਮੇ ਤੇ ਮੰਮੀ ਕਿੱਥੇ ਆ ਨਿਮਾਨੀ ਆਇਆ ਲਿਆਈ ਪਾਪਾ ਜੀ ਕਹਿ ਕੇ ਸਰਿੰਦਰ ਦੇ ਕਮਰੇ ਚ ਜਾ ਵੜੀ ਮੇਰੇ ਬਾਰੇ ਚੋਪੀ ਰਹੀ ਉੱਥੇ ਉਹਦਾ ਮਾਮਾ ਵੀ ਖੜਾ ਸੀ ਉਹਨੇ ਸਰਿੰਦਰ ਨੂੰ ਕੁਝ ਸਮਝਾਇਆ ਬੁੱਤ ਬਣੀ ਸੁਣਦੀ ਗਈ ਸਰਿੰਦਰ ਪਾਲਕੂ ਪਿੱਛੇ ਹੀ ਇੱਧਰ ਸਰਿੰਦਰ ਨੇ ਪਿਓ ਵੱਲ ਪਾਣੀ ਦਾ ਗਲਾਸ ਵਧਾਇਆ ਉਧਰ ਪਿੱਠ ਵੱਲ ਦਾ ਦਰਵਾਜ਼ਾ ਸਰਕਿਆ ਤਾਰੇ ਦਾ ਸਾਲਾ ਹੌਲੀ ਜੀ ਅੰਦਰ ਆਇਆ ਸਰਿੰਦਰ ਦੀ ਵਦੀ ਬਾਹਾਂ ਥਾਂ ਤੇ ਡਿੱਗ ਪਈ ਤਿੰਨ ਫੁੱਟਾ ਦਾਤਰ ਹਵਾ ਚ ਲਿਸ਼ਕਿਆ ਤਾਰੇ ਦਾ ਸਿਰ ਸੁਰਿੰਦਰ ਦੇ ਪੈਰਾਂ ਚ ਜਾ ਡਿੱਗਾ ਸੁਰਿੰਦਰ ਥਾਂ ਤੇ ਗੱਡੀ ਗਈ ਜੜ ਹੋ ਗਈ ਬੇਜਾਨ ਬੇਹਰਕਤ ਜਿਵੇਂ ਪੱਥਰ ਤੇ ਇਸਪਾਤ ਦੀ ਮੂਰਤੀ ਚੀਕ ਸੰਗ ਚੜ ਗਈ ਦੌੜਦੀ ਹੋਈ ਰਸੋਈ ਚ ਖੜੀ ਮਾਂ ਕੋਲ ਜਾ ਡਿੱਗੀ ਸਾਰਾ ਸੀਨ ਰਾਮਕੌਰ ਨੇ ਅੱਖੀਂ ਵੇਖਿਆ ਮਾਂ ਨੇ ਕੰਬਦੇ ਦਿਲ ਨਾਲ ਧੀ ਨੂੰ ਕਾਲਜੇ ਲਾ ਲਿਆ ਨੈਣਾ ਚ ਅਨੋਖਾ ਤੇ ਨਵੇਕਲਾ ਖੋਫ ਬਰਫ਼ ਵਾਂਗ ਜੰਮ ਗਿਆ ਰੌਲਾ ਨਾ ਰੱਪਾ ਸ਼ੋਰ ਨਾ ਸ਼ਰਾਬਾ ਡਾਂਗ ਨਾ ਸੋਟਾ ਕੋਈ ਪਰਦਾ ਨਾ ਓਲਾ ਧੀ ਤੇ ਪਤਨੀ ਦੇ ਸਾਹਮਣੇ ਖੜੀਆਂ ਦਿਨ ਦਿਹਾੜੇ ਸ਼ੇਰ ਵਰਗਾ ਆਦਮੀ ਕਤਲ ਹੋ ਗਿਆ ਪਰ ਕਿਸੇ ਨੂੰ ਖਬਰ ਨਾ ਹੋਈ ਪਿਓ ਨੂੰ ਕਤਲ ਹੁੰਦਾ ਧੀ ਨੇ ਵੇਖਿਆ ਪਤੀ ਨੂੰ ਹੁੰਦਾ ਪਤਨੀ ਨੇ ਪਰ ਕਿਸੇ ਹਾਮੀ ਨਾ ਭਰੀ ਤਰਸ ਨਾ ਕੀਤਾ ਹਿੰਗ ਲੱਗੀ ਨਾ ਫਟਕੜੀ ਕਿਸੇ ਸੁਣਿਆ ਨਾ ਸੁਣਾਇਆ ਤਮਾਮ ਮਸਲਾ ਹੱਲ ਪੁਲਿਸ ਆ ਕੇ ਤਾਰੇ ਦੀ ਅੱਧ ਸੜੀ লাশ ਇਹ ਪ੍ਰਾਪਤ ਕਰ ਸਕੇ ਉਹਦੀ ਪਤਨੀ ਨੇ ਮੇਰੀ ਪੇਸ਼ਕਸ਼ ਨਾਲੋਂ 1 ਲੱਖ ਰੁਪਏ ਪੁਲਿਸ ਨੂੰ ਦੁੱਗਣੇ ਪੈਸੇ ਦਿੱਤੇ ਹੋਏ ਸੀ ਮੈਂ ਅੱਜ ਵੀ ਸੋਚਦਾ ਹਾਂ ਹੋ ਸਕਦਾ ਜੇ ਮੈਂ ਉਹਨੂੰ ਰਿਵਾਲਵਰ ਲੈ ਕੇ ਨਾ ਦੰਦਾ ਉਹ ਕਈ ਸਾਲ ਪਹਿਲਾਂ ਹੀ ਮੈਨੂੰ ਅਲਵੈਦਾ ਕਹਿ ਜਾਂਦਾ ਅਖਬਾਰਾਂ 'ਚ ਵਿੰਗੀ ਟੇਢੀ ਖਬਰ ਪੜੀ ਤਾਂ ਮੈਂ ਬੜਾ ਰੋਇਆ ਕਲਪਿਆ ਪਤਾ ਨਾ ਲੱਗੇ ਕੀ ਕਰਾਂ ਕੀ ਨਾ ਕਰਾਂ ਕੁਝ ਦਿਨਾਂ ਪਿਛੋਂ ਮੈਂ ਉਹਦੇ ਪਿੰਡ ਗਿਆ ਘਰ ਦੋਵੇਂ ਮੁੰਡੇ ਉਦਾਸ ਬੈਠੇ ਮੈਨੂੰ ਵੇਖ ਕੇ ਜਿਵੇਂ ਉਹਨਾਂ ਦੇ ਰੋਣ ਦਾ ਕੜ ਪਾਟ ਗਿਆ ਗੱਲ ਲਾ ਕੇ ਦਿਲਾਸਾ ਦਿੱਤਾ ਮਾਂ ਨੂੰ ਮੁੰਡੇ ਘਰ ਨਹੀਂ ਸੰਵੜਨ ਦਿੰਦੇ ਭੈਣ ਨਾਲ ਸਖਤ ਨਰਾਜ਼ ਕੋਈ ਰੌਣਕ ਨਾ ਚਹਿਲ ਪਹਿਲ ਬੰਦਾ ਨਤੀਵੀ ਸਾਰਾ ਘਰ ਮੁੱਦਾ ਹੋਇਆ ਪਿਆ ਆਂਡੀ ਗਵਾਂਡੀ ਵੀ ਮੁਖ ਮੋੜ ਗਏ ਉਸੇ ਦਿਨ ਵਾਪਸ ਆ ਗਿਆ ਸੋਚਿਆ ਆਪੇ ਹੌਲੀ ਹੌਲੀ ਸਭ ਠੀਕ ਹੋ ਜਾਣਾ ਹੈ ਵਕਤ ਨਾਲ ਸੋਚਦਾ ਮਨੁੱਖੀ ਮੰਦੀਆਂ ਗੁੱਝੀਆਂ ਪਰਤਾਂ ਰਮਜ਼ਾਂ ਸੋਚਾਂ ਤੇ ਖਿਆਲਾਂ ਨੂੰ ਅਜੇ ਤੱਕ ਕੋਈ ਨਹੀਂ ਸਮਝ ਸਕਿਆ ਸੀਮਾ ਨਾਲ ਕਰਕੇ ਆਇਆ ਸਾਂ ਇਕਰਾਰ ਮੈਂ 2 ਹਫ਼ਤਿਆਂ ਨੂੰ ਆਉਂ ਉਦੇ ਨੈਣਾਾਂ ਦੀਆਂ ਬਰਛੀਆਂ ਦੇ ਵਿੱਚ ਟਿਕਣ ਨਾ ਦਿੰਦੀ ਰਾਤ ਦਿਨ ਆ ਚੁੱਕਾ ਸੀ ਉਹਦੇ ਹੁਸਨ ਦੀ ਮਾਰ ਹੀਟ ਕਦੇ ਸ਼ੱਕ ਵੀ ਪੈਂਦਾ ਦਿਲ ਹਾਮੀ ਨਾ ਭਰਦਾ ਸੋਚਦਾ ਕਿ ਉਸ ਪਾਸੇ ਮੁੰਡੇ ਨਹੀਂ ਹੈਗੇ ਬੜੇ ਸੁੰਦਰ ਤੇ ਜਵਾਨ ਗੱਭਰੂ ਨੇ ਉਹ ਕਿਉਂ ਖਿੱਚੀ ਗਈ ਮੇਰੇ ਵੱਲ ਪਹਿਲੀ ਮੁਲਾਕਾਤ ਚ ਕਦੇ ਸੋਚਦਾ ਇਹ ਤਾਂ ਦਿਲ ਦੀ ਗੱਲ ਆ ਜਿੱਤੇ ਆ ਗਿਆ ਬਸ ਆ ਗਿਆ ਉਹਦੇ ਨੈਣਾਾਂ ਚ ਵੇਖਿਆ ਸੀ ਮੈਂ ਪੱਕਾ ਹੂੰਗਾ ਰ ਖੁੱਲਾ ਸਦਾ ਪੂਰਾ ਮਹੀਨਾ ਬੀਤ ਗਿਆ ਸੀ ਅੱਜ ਕੱਲ ਕਰਦੇ ਆਂ ਅਖੀਰ ਸਿੱਟਾ ਕੱਢਿਆ ਸੀਮਾ ਦਾ ਵਾਅਦਾ ਕੱਚੀ ਵਾਂਗ ਵਰਗਾ ਨਹੀਂ ਹੋ ਸਕਦਾ ਜੋ ਹੁਣੇ ਸਾਲਮ ਦੇ ਸੀ ਅਗਲੇ ਪਲ ਟੋਟੇ ਟੋਟੇ ਖਿਲਰੇ ਦਿਸਣ ਛੁੱਪ ਗਿਆ ਸੂਰਜ ਬਾਹਰ ਰਹਿ ਗਈ ਲਾਲੀ ਹਵਾ ਮੈਂ ਸਦਕੇ ਜੇ ਮੁੜ ਦੇ ਵੀ ਖਾਲੀ ਮੈਂ ਭੁੱਲ ਗਈ ਤੇਰੇ ਨਾਲ ਨਾ ਗਈਆਂ ਤੇਰੇ ਇਸ਼ਕ ਨਚਾਇਆ ਕਰthਈਆthਈਆ ਧੰਨਵਾਦ 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 ਧੰਨਵਾਦ